ਅਸਲਾਮੁਅਲੈਕੁਮ ਵਰਹਿਮਤੁਲਾ ਵਬਰਕਾਤੁਹੂ ਮੇਰੇ ਪਿਆਰੇ ਪਿਆਰੇ ਦੋਸਤੋ, ਸੱਜਣੋ, ਮਿੱਤਰੋ, ਬੇਲੀਓ, ਭੈਣਾਂ ਅਤੇ ਭਰਾਓ, ਮੈਂ ਤੁਹਾਡਾ ਮੇਜ਼ਬਾਨ ਸ਼ਰਫਤ ਅਲੀ ਰਹਿਮਾਨੀ। ਹੋਰ ਸੁਣਾਓ ਸੱਜਣੋ, ਕੀ ਹਾਲ ਚਾਲ ਨੇ? ਖੈਰ ਖਰੀਏ ਤੇ ਸੱਜਣੋ, ਮੈਂ ਤੁਹਾਨੂੰ ਪ੍ਰੋਗਰਾਮ ਸੁਣਾਉਂਦਾ ਰਹਿੰਦਾ, ਇਨਸ਼ਾਅੱਲਾ ਸੁਣਾਉਂਦਾ ਰਹਾਂਗਾ। ਅਤੇ ਮੇਰਾ ਪੰਜਾਬੀ ਚੈਨਲ ਜਿਹੜਾ, ਇਹਨੂੰ ਸਬਸਕ੍ਰਾਈਬ ਕਰੋ, ਘੰਟੀ ਔਨ ਕਰੋ, ਤਾਂ ਕਿ ਆਉਣ ਵਾਲੀ ਮੇਰੀ ਹਰ ਵੀਡੀਓ ਜਿਹੜੀ ਉਹ ਸਾਨੂੰ ਦੇ ਸਾਹਮਣੇ ਬਆਸਾਨੀ ਪਹੁੰਚਦੀ ਰਹੇ। ਅੱਛੇ ਫੁੱਲ ਨੂੰ ਵੇਖੀਏ ਬਾਗ ਅੰਦਰ, ਕੀ ਵੇਖਣਾ ਹੱਥ ਵਿੱਚ ਖੋਏ ਹੋਏ ਨੂੰ, ਟਹਿਣੀ ਨਾਲ ਕੁਛ ਹੋਰ ਦਾ ਹੋਰ ਜਾਪੇ, ਕੀ ਵੇਖਣਾ ਹਾਰ ਵਿੱਚ ਪਰੋਏ ਹੋਏ ਨੂੰ, ਬੰਦਾ ਜਦੋਂ ਵੇਖੀਏ ਆਜ਼ਾਦ ਵੇਖੀਏ, ਕੀ ਵੇਖਣਾ ਕੈਦੀ ਹੋਏ ਹੋਏ ਨੂੰ, ਫੜ ਤਲਵਾਰ ਅਤੇ ਮਾਰ ਕਿਸੇ ਜਿਉਂਦੇ ਨੂੰ, ਕੀ ਮਾਰਨਾ ਇਸ਼ਕ ਵਿੱਚ ਮੋਏ ਹੋਏ ਨੂੰ। ਸੱਜਣੋ ਗੱਲ ਏ, ਅੱਗੇ ਲੋਕ ਫਸਲ ਨੂੰ ਵਾੜਾ ਕਰਦੇ ਸਨ, ਵਾੜ ਜਾਣਦੇ ਜੇ, ਕੰਡਿਆਲੇ ਦਰਖਤ ਦੀਆਂ ਟਾਹਣੀਆਂ ਕੱਟ ਕੇ ਸਾਈਡਾਂ 'ਤੇ ਗੱਡ ਦੇਣੀਆਂ, ਉਹਨੂੰ ਆ ਸਾਨੂੰ ਵਾੜ। ਵਾੜ ਕਰਨ ਦਾ ਮਕਸਦ ਇਹ ਹੁੰਦਾ ਸੀ ਵੀ ਫਸਲ ਦੀ ਆਫਾਸ ਰਹੇ। ਸਿਆਣੇ ਬੰਦੇ ਆਉਂਦੇ ਨੇ, ਵਾੜ ਤਾਂ ਕਰੀਦੀ ਫਸਲ ਦੀ ਬੱਚਤ ਵਾਸਤੇ, ਅਤੇ ਜੇ ਫਸਲ ਨੂੰ ਵਾੜ ਹੀ ਖਾਣ ਲੱਗ ਪਵੇ ਤਾਂ ਫਿਰ ਵਾੜ ਦਾ ਕੀ ਫਾਇਦਾ ਆਇਆ? ਕੋਈ ਫਾਇਦਾ ਨਹੀਂ। ਇਸ ਤਰ੍ਹਾਂ ਅੱਜ ਮੈਂ ਸੱਜਣਾਂ ਨੂੰ ਇੱਕ ਗੱਲ ਸੁਣਾਉਣ ਲੱਗਾ ਬਾਦਸ਼ਾਹ ਦੀ, ਜ਼ਰਾ ਤਵੱਜੋ ਨਾਲ ਸੁਣਨੀ ਅਤੇ ਗੌਰ ਨਾਲ ਸੁਣਨੀ, ਬੜੀ ਬਿਹਤਰੀਨ ਗੱਲ ਹੈ ਔਰ ਸੁਣਨ ਵਾਲੀ ਹੈ, ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਣਿਆ ਜੇ। ਸੱਜਣੋ ਗੱਲ ਇਹ ਚੀਜ਼ ਦੀ ਇਹ ਵੀ, ਬਾਦਸ਼ਾਹ ਸੀ ਕਿਸੇ ਸ਼ਹਿਰ ਦਾ, ਉਹਦੇ ਕੋਲ ਇੱਕ ਬੇਟਾ ਇੱਕ ਬੇਟੀ ਅਤੇ ਇੱਕੋ ਦੀ ਬੇਗਮ, ਇੱਕੋ ਬਾਦਸ਼ਾਹ, ਚਾਰੇ ਜੀ ਸਨ। ਬਾਦਸ਼ਾਹ ਨੇ ਘਰ ਮੌਲਵੀ ਰੱਖਿਆ ਹੋਇਆ ਸੀ ਜਿਹੜਾ ਉਹਦੇ ਬੱਚਿਆਂ ਨੂੰ ਸਬਕ ਪੜ੍ਹਾਉਂਦਾ ਸੀ। ਮੌਲਵੀ ਨੂੰ ਘਰ ਦੇ ਵਿੱਚ ਹੀ ਰੱਖਿਆ ਹੋਇਆ ਸੀ ਤਾਂ ਕਿ ਬੱਚਿਆਂ ਨੂੰ ਸਬਕ ਪੜ੍ਹਾਉਂਦਾ ਰਹੇ। ਲਓ ਜੀ, ਕੁਝ ਦਿਨ ਪਏ ਅਤੇ ਜਿਹੜਾ ਬਾਦਸ਼ਾਹ ਸੀ ਨਾ, ਉਹਦੀ ਤਿਆਰੀ ਹੋ ਗਈ ਹੱਜ ਨੂੰ ਜਾਣ ਦੀ। ਬਾਦਸ਼ਾਹ ਔਰ ਬਾਦਸ਼ਾਹ ਦੀ ਬੇਗਮ ਔਰ ਉਹਦਾ ਬੇਟਾ ਤਿੰਨੇ ਹੱਜ ਨੂੰ ਟੁਰੇ, ਤਿਆਰੀ ਹੋ ਗਈ ਜੀ। ਉਹਨਾਂ ਸੋਚਿਆ ਵੀ ਹੁਣ ਜਿਹੜੀ ਬੇਟੀ ਹੈ ਇਹ ਇਕੱਲੀ ਪਿੱਛੇ ਕਿਵੇਂ ਛੱਡੀਏ, ਉਹ ਮੌਲਵੀ ਦੀ ਸਪੁਰਦ ਕਰ ਦਿੱਤੀ ਵੀ ਮੌਲਵੀ ਸਾਹਿਬ ਤੂੰ ਉਸਤਾਦ ਹੈ, ਤਾਂ ਉਸਤਾਦ ਜਿਹੜਾ ਇਹ ਪਿਓ ਹੀ ਹੁੰਦਾ ਹੈ ਇੱਕ ਤਰ੍ਹਾਂ ਦਾ, ਤੁਸੀਂ ਘਰ ਦੀ ਰਾਖੀ ਵੀ ਕਰਿਆ ਜੇ ਅਤੇ ਨਾਲੇ ਇਹ ਕੁੜੀ ਹੈ ਅਤੇ ਇਹਨੂੰ ਸਬਕ ਵੀ ਪੜ੍ਹਾਉਂਦੇ ਰਿਹਾ ਜੇ, ਅਤੇ ਇੱਥੇ ਤੁਸੀਂ ਰਹਿਣਾ ਅਤੇ ਰੋਟੀ ਪਾਣੀ ਹਰ ਸ਼ੇ ਜਿਹੜਾ ਤੁਹਾਡਾ ਇੱਥੇ ਹੀ ਰਹੇਗਾ। ਠੀਕ ਹੈ ਜੀ, ਗੱਲ ਪੱਕੀ ਹੋ ਗਈ। ਸੱਜਣੋ ਬਾਦਸ਼ਾਹ ਜਿਹੜੇ ਸਨ ਉਹ ਅੱਜ ਹਜ ਨੂੰ ਚਲੇ ਗਏ, ਜਿਹੜੇ ਹਜ ਨੂੰ ਚਲੇ ਗਏ ਅਤੇ ਮਗਰੋਂ ਜਿਹੜਾ ਮੌਲਵੀ ਸੀ ਉਹ ਬੇਈਮਾਨ ਹੋ ਗਿਆ, ਉਹਦਾ ਦਿਮਾਗ ਜਿਹੜਾ ਸੀ ਉਹ ਭੌਂ ਗਿਆ। ਦੇਖੋ, ਸ਼ੈਤਾਨ ਜਿਹੜਾ ਉਹ ਬੰਦੇ ਨੂੰ ਵਰਗਲਾ ਲੈਂਦਾ, ਪੁੱਠੇ ਪਾਸੇ ਲੈ ਜਾਂਦਾ। ਮੌਲਵੀ ਜਿਹੜਾ ਸੀ ਉਹਦੇ ਦਿਲ ਦੇ ਵਿੱਚ ਫੇਰਾ ਇਹ ਵੱਜਿਆ, ਉਹਵੇ ਨਾ ਤਾਂ ਬਾਦਸ਼ਾਹ ਤਾਂ ਇੱਥੇ ਕੋਈ ਨਹੀਂ, ਨਾ ਬਾਦਸ਼ਾਹ ਜਾਦੀ, ਨਾ ਉਹਨਾਂ ਦਾ ਬੇਟਾ, ਅਤੇ ਮੈਂ ਮਗਰੋਂ ਇਹਦੇ ਨਾਲ ਨਿਕਾਹ ਕਰ ਲੈਂਦਾ। ਹੁਣ ਉਸ ਜਵਾਨ ਕੁੜੀ, ਨੌਜਵਾਨ ਖੂਬਸੂਰਤ ਕੁੜੀ ਅਤੇ ਨੌਜਵਾਨ, ਉਹਨੂੰ ਉਹਨੇ ਆਖਿਆ ਬਈ ਤੇਰਾ ਮਾਂ ਅਤੇ ਪਿਓ ਜਿਹੜਾ ਉਹ ਮੈਨੂੰ ਆ ਗਏ ਸਨ, ਵੀ ਪਤਾ ਨਹੀਂ ਅਸੀਂ ਹਟ ਕੇ ਆਉਣਾ ਹੈ ਜਾਂ ਨਹੀਂ ਆਉਣਾ।
ਤੇ ਤੂੰ ਇਹਦੇ ਨਾਲ ਪਿੱਛੇ ਨਿਕਾਹ ਕਰ ਲਈ। ਉਹਨੇ ਆਖਿਆ ਮੌਲਵੀ ਸਾਹਿਬ ਤੂੰ ਮੇਰਾ ਉਸਤਾਦ ਏ, ਉਸਤਾਦ ਪਿਓ ਹੁੰਦਾ ਹੈ, ਇਹ ਕੰਮ ਤਾਂ ਨਹੀਂ ਹੈ ਜੇ, ਇਹ ਗਲਤ ਗੱਲ ਹੈ, ਇਹ ਨਾ ਕਰੀ। ਉਹਨੇ ਆਖਿਆ ਨਹੀਂ, ਇਹ ਨਹੀਂ ਹੋ ਸਕਦਾ। ਲਵੀ ਉਹਨੇ ਇੰਨਾ ਮਜਬੂਰ ਕੀਤਾ, ਹੁਣ ਜਿਹੜੀ ਕੁੜੀ ਸੀ ਲੜਕੀ, ਉਹਨੇ ਸੋਚਿਆ ਵੀ ਮੈਂ ਤਾਂ ਇਹ ਮੇਰੇ ਨਾਲ ਜ਼ਬਰਦਸਤੀ ਕਰੇ, ਮੈਨੂੰ ਕੋਈ ਮੱਥੀ ਬੱਕੀ ਪਵੇ, ਆਖਰ ਉਹ ਤਾਂ ਕਰਨੀ ਕੋਈ ਨਹੀਂ, ਪਹਿਰੇਦਾਰ ਜਿਹੜੇ ਉਹ ਬਾਹਰ ਹੁੰਦੇ ਹੋਏ। ਉਹਨੇ ਮਲੂਮ ਕੀਤਾ ਵੀ ਜਾਨ ਨਹੀਂ ਛੱਡੂ। ਸਜਣੋ ਗੱਲ ਸੁਣਦੇ ਰਿਹਾ ਜੇ, ਉਹਨੇ ਆਖਿਆ ਬਈ ਚਲੋ ਫਿਰ ਮੌਲਵੀ ਸਾਹਿਬ ਤੁਸੀਂ ਨਹੀਂ ਖਲੋਂਦੇ ਜਿੰਨਾ ਜੋ ਕਰਨਾ ਹੀ ਹੈ, ਅਤੇ ਚਲੋ ਠੀਕ ਹੈ ਤੁਸੀਂ ਆਪਦਾ ਫਿਰ ਤਿਆਰੀ ਕਰੋ। ਉਹਨੇ ਆਖਿਆ ਵੀ ਨਿਕਾਹ ਤਾਂ ਮੈਂ ਆਪ ਹੀ ਪੜ੍ਹਨਾ, ਕਿਉਂਕਿ ਮੈਂ ਆਪ ਮੌਲਵੀ ਹਾਂ, ਨਿਕਾਹ ਮੈਂ ਹੀ ਪੜ੍ਹਨਾ, ਅਤੇ ਮੈਂ ਆਪਦੀ ਤਿਆਰੀ ਕਰ ਲੈਂਦਾ। ਲਓ ਜੀ ਉਹ ਨਹਾਉਣ ਗੁਸਲ ਕਰਨ ਵੜ ਗਿਆ ਗੁਸਲਖਾਨੇ ਨੂੰ। ਹੁਣ ਜਿਹੜੀ ਉਹ ਕੁੜੀ ਸੀ ਉਹਦਾ ਜ਼ਿਹਨ ਜਿਹੜਾ ਸੀ ਉਹ ਹੋਰ ਸੀ। ਉਹਨੇ ਆਖਿਆ ਵੀ ਇਹਨੂੰ ਮਿਲੇ ਕਿਸ ਤਰੀਕੇ ਲੱਗੇ ਤਾਂ ਤਾਂ ਗੱਲ ਬਣਦੀ ਹੈ, ਇਹਨੇ ਨਹੀਂ ਜਾਣ ਛੱਡਣੀ। ਲੱਭੀ ਉਹ ਤਾਂ ਫੜ ਕੇ ਨਾ ਕੁਬਲਾਂ ਅਤੇ ਬੂਹੇ ਦੇ ਅੱਗੇ ਖਲੋ ਗਈ ਗੁਸਲਖਾਨੇ ਦੇ ਅੱਗੇ। ਜਾ ਮੌਲਵੀ ਨੇ ਸਿਰ ਬਾਹਰ ਕੱਢਿਆ ਨਾ ਜੇਲ ਵਿੱਚੋਂ, ਬਾਹਰ ਜਾ ਸਿਰ ਉਹਨੇ ਕੱਢਿਆ, ਜੂੜ ਥਰੀ ਬਲਾਂ ਉਹ ਸਿਰ ਦੇ ਵਿੱਚ ਜਾਣੇ ਲਾ। ਉਹਦੇ ਕੋਲ ਸ਼ਰੀਆ ਸੀ, ਡਾਂਗ ਸੀ ਕਿ ਕੀ ਬਲਾਂ ਸੀ, ਜਦੋਂ ਉਹਨੂੰ ਵਗਾਈ ਤਾਂ ਮੌਲਵੀ ਦੱਸਿਆ ਉਲਟ ਕੇ ਆ ਪਿਆ, ਜੱਗਾ ਗਲਾਜ ਤਾਂ ਮੌਲਵੀ ਦਾ। ਉਹਨੇ ਹਲਾਲ ਹੋ ਗਈ ਜੀ, ਉਧਰ ਨੁਕਰਾਣੀਆਂ ਦੇ ਸਾਰਿਆਂ ਰੌਲਾ ਪਾ ਦਿੱਤਾ, ਉਹ ਕੀ ਬਣ ਗਿਆ, ਇਹ ਹੋ ਗਿਆ, ਮੌਲਵੀ ਮਰ ਗਿਆ, ਮੌਲਵੀ ਮਰ ਗਿਆ, ਮੌਲਵੀ ਮਰ ਗਿਆ। ਆ ਗਏ ਦੂਜੇ ਪਹਿਰੇਦਾਰ ਚੁੱਕ ਲੈ ਗਏ ਹਸਪਤਾਲ ਦੇ ਵਿੱਚ, ਜਨਾਬ ਵੱਲੋਂ ਦਾ ਇਲਾਜ ਮੁਆਲਜਾ ਸ਼ੁਰੂ ਹੋ ਗਿਆ। ਉਹ ਮੌਲਵੀ ਜਿਹੜਾ ਸੀ ਨਾ ਉਹ ਬਚ ਲੱਥਾ, ਜਿਹੜੇ ਬਚ ਗਿਆ ਤਾਂ ਉਹਨੂੰ ਮਲੂਮ ਹੋ ਗਿਆ ਵੀ ਇਹ ਕੁੜੀ ਜਿਹੜੀ ਨੇ ਇਹਨੇ ਮੇਰੇ ਨਾਲ ਨਿਕਾਹ ਹੁਣ ਨਹੀਂ ਕਰਨਾ। ਖੈਰ ਮੌਲਵੀ ਸੱਜਣੋਂ ਵੱਖਰਾ ਰਹਿਣਾ ਸ਼ੁਰੂ ਹੋ ਗਿਆ, ਵੱਖਰਾ ਉਹਨੂੰ ਮਕਾਨ ਮਿਲਿਆ ਸੀ। ਫਿਰ ਉਹਨੇ ਉਹਨੂੰ ਸਬਕ ਵੀ ਨਾ ਦਿੱਤਾ ਚੱਜ ਨਾਲ, ਅਤੇ ਨਾ ਉਹਨੇ ਉਹਦੇ ਕੋਲ ਪੜ੍ਹਿਆ ਹੀ, ਨਾ ਉਸ ਉਹਦੇ ਕੋਲ ਪੜ੍ਹਿਆ ਹੀ ਅਤੇ ਨਾ ਉਹਨੇ ਪੜ੍ਹਾਇਆ। ਲਓ ਜੀ ਕਰਦਾ ਕਰਦਾ ਜਿਹੜੇ ਦਿਨ ਪੂਰੇ ਹੋਏ ਉਹਨਾਂ ਦੇ, ਅੱਜ ਵਾਲਿਆਂ ਦੇ, ਅੱਜ ਹੀ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਵਾਪਸ। ਜਿਸ ਵੇਲੇ ਆਉਣੇ ਵਾਪਸ ਸ਼ੁਰੂ ਹੋ ਗਏ ਅਤੇ ਕੀ ਹੋਇਆ ਜੀ, ਮੌਲਵੀ ਜਿਹੜਾ ਸੀ ਉਹਨੂੰ ਪਤਾ ਲੱਗਾ ਵੀ ਜਿਹੜਾ ਫਲਾਣਾ ਜਹਾਜ਼ ਆਉਣਾ ਹੈ ਨਾ ਇਹਦੇ 'ਤੇ, ਇਹ ਨਾ ਆਉਣਾ ਹੈ। ਉਹ ਪਹਿਲੀ ਏਅਰਪੋਰਟ 'ਤੇ ਚਲਾ ਗਿਆ। ਜਦੋਂ ਏਅਰਪੋਰਟ 'ਤੇ ਗਿਆ, ਹੁਣ ਲੜਕੀ ਤਾਂ ਆਪਦੇ ਘਰ ਹੀ ਰਹਿਣਾ ਸੀ, ਮੌਲਵੀ ਜਿਹੜੇ ਏਅਰਪੋਰਟ 'ਤੇ ਗਿਆ, ਬਾਦਸ਼ਾਹ ਦੇ ਲੱਥਾ ਥੱਲੇ ਜੱਫੀ ਪਾ ਕੇ ਮੌਲਵੀ ਨੂੰ ਮਿਲਿਆ, ਬਈ ਆਖਰ ਮੈਂ ਘਰ ਇਹਨੂੰ ਛੱਡ ਗਿਆ ਹਾਂ ਅਤੇ ਘਰ ਸਬੁੱਧ ਕਰ ਗਿਆ ਹਾਂ, ਅਤੇ ਨਾਲੇ ਮੌਲਵੀ ਇਹ ਮੇਰੇ ਬੱਚਿਆਂ ਦਾ ਉਸਤਾਦ ਹੈ। ਜਿਹੜੇ ਮਿਲਿਆ ਗਿਲਿਆ ਤਾਂ ਸੁਣਾਓ ਜੀ ਮੌਲਵੀ ਜੀ ਕੀ ਹਾਲ ਹੈ ਮੇਰੇ ਘਰ 'ਚ ਬਾਹਰ ਦਾ, ਮੇਰੇ ਬੱਚੀ ਦਾ, ਸਾਰਿਆਂ ਦਾ ਹਾਲ ਦੱਸੋ। ਉਹਨਾਂ ਕਹਾ ਜੀ ਘਰ ਬਾਰ ਤਾਂ ਤੁਹਾਡਾ ਠੀਕ ਹੈ, ਪਰ ਲੇਕਿਨ ਗੱਲ ਇਹ ਚੀਜ਼ ਦੀ ਹੈ ਵੀ ਜਿਹੜੀ ਬੱਚੀ ਨਾ ਤੁਹਾਡੀ ਉਹ ਬਦਕਾਰ ਹੋ ਗਈ, ਬਦਕਾਰ ਹੋ ਗਈ ਸੀ, ਉਹਨੇ ਬਦਕਾਰੀ ਇਸਤੇਮਾਲ ਕੀਤੀ, ਅਤੇ ਮੈਂ ਤਾਂ ਫਿਰ ਉਦੋਂ ਪਿੱਛੇ ਉਹਨੂੰ ਬੁਲਾਉਣਾ ਚੁਲਾਉਣਾ ਵੀ ਛੱਡਿਆ ਆਇਆ, ਨਾ ਸਬਕ ਦਿੱਤਾ ਨਵਾਏ। ਅਸੀਂ ਜਾਈਏ ਹੱਜ ਕਰਨ ਨੂੰ, ਪਾਕ ਸਾਹਿਬ ਥਾਂ ਤੋਂ ਹੋ ਕੇ ਆਈਏ ਅਤੇ ਅਸੀਂ ਉੱਥੇ ਵਾਰਤਾ ਕਰਦੇ ਰਹੇ ਹਾਂ, ਅਤੇ ਉਹਨੇ ਮਗਰੋਂ ਇਹ ਕੰਮ ਸ਼ੁਰੂ ਕਰ ਦਿੱਤਾ, ਇਹ ਨਹੀਂ ਹੋ ਸਕਦਾ, ਇਹਨੂੰ ਛੱਡ ਦਿੰਦਾ ਨਹੀਂ ਛੱਡਣਾ। ਆਮਕ ਬਾਦਸ਼ਾਹ ਅਕਲ ਵੇਖੋ ਕਿਸ ਤਰ੍ਹਾਂ ਦੀ, ਉਹਨਾਂ ਦੀ ਅਕਲ 'ਤੇ ਪੜਦਾ ਪੈ ਗਿਆ ਵੀ ਸੋਚ ਤਾਂ ਸਹੀ, ਅੱਗੋਂ ਪਿੱਛੇ ਕਰੀ, ਪਤਾ ਤਾਂ ਕਰ,
ਬਈ ਮੌਲਵੀ ਸੱਚ ਬੋਲਦਾ ਜਾਂ ਝੂਠ ਬੋਲਦਾ, ਇਹਨੂੰ ਵੀ ਕੋਈ ਖਾਮੀ ਤਾਂ ਨਹੀਂ ਹੈਗੀ। ਉਹਨੇ ਬੇਟੇ ਨੂੰ ਆਖਿਆ, ਗੱਲ ਸੁਣ, ਮੈਂ ਉਹਨੂੰ ਵੇਖਣਾ ਨਹੀਂ ਚਾਹੁੰਦਾ, ਮੇਰੇ ਤੋਂ ਪਹਿਲੇ ਅੱਗੇ ਜਾ, ਉਹਨੂੰ ਘਰੋਂ ਨਾਲ ਲੈ ਲੈ, ਬਾਹਰ ਜੰਗਲ 'ਚ ਜਾ ਕੇ ਤਲਵਾਰ ਲਈ ਆ, ਉੱਥੇ ਉਹਦੇ ਡੱਕੇ ਕਰ ਦੇ। ਉਹਨੇ ਕਿਹਾ ਠੀਕ ਹੈ ਜੀ। ਲਓ ਜੀ, ਹੁਣ ਲੜਕਾ ਜਿਹੜਾ ਸੀ ਪਹਿਲੇ ਗਿਆ ਘਰ ਨੂੰ, ਅੱਗੋਂ ਭੈਣ ਸੀ, ਆਖਰ ਉਹ ਉੱਠੀ, ਮਿਲੀ, ਮੇਰਾ ਵੀਰ ਆ ਗਿਆ, ਮੈਂ ਸਦਕੇ ਜਾਵਾਂ, ਮੈਂ ਵਾਰੀ ਜਾਵਾਂ, ਅੱਜ ਹੀ ਆ ਗਏ, ਅੱਜ ਹੀ ਆ ਗਏ। ਉਹ ਚੱਜ ਨਾਲ ਮਿਲਿਆ ਉਹਨੂੰ ਕੋਈ ਨਾ। ਉਹਨੇ ਕਿਹਾ ਅੱਬੇ ਦਾ ਹੁਕਮ ਹੈ, ਬਾਲਕ ਸਾਹਿਬ ਦਾ ਹੁਕਮ ਹੈ, ਫੌਰਨ ਮੇਰੇ ਨਾਲ ਚੱਲ ਬਾਹਰ ਜੰਗਲ 'ਚ ਚੱਲਣਾ। ਉਹਨੇ ਕਿਹਾ ਖੈਰ ਜੰਗਲ 'ਚ? ਹਾਂ। ਤਲਵਾਰ 'ਚ ਲਫਦੀ, ਉਹਨੇ ਕਿਹਾ ਇਹ ਕੀ ਫਸਫਾ ਲਈ? ਉਹਨੇ ਕਿਹਾ ਤੈਨੂੰ ਪਤਾ ਹੈ ਬਾਦਸ਼ਾਹਾਂ ਦੇ ਹਥਿਆਰ ਜਿਹੜੇ ਨੇ ਨਾ, ਉਹ ਬਾਦਸ਼ਾਹਾਂ ਦੇ ਕੋਲ ਹੁੰਦੇ ਨੇ, ਹਥਿਆਰ ਤੋਂ ਬਗੈਰ ਅਸੀਂ ਬਾਹਰ ਜੰਗਲਾਂ 'ਚ ਕਦੇ ਨਹੀਂ ਗਏ, ਅਤੇ ਚੱਲਣਾ ਬਾਹਰ ਨੂੰ। ਉਹਨੇ ਕਿਹਾ ਅੱਛਾ ਚਲੋ। ਭਰਾ ਹੁਣ ਭੈਣ ਨੂੰ ਲੈ ਕੇ ਬਾਹਰ ਜੰਗਲੇ ਜਿਹੇ ਲੱਗਿਆ ਅਤੇ ਜਿਹੜੇ ਲੱਗਾ ਨਾ ਮਾਰਨ, ਅਤੇ ਉਹਨੇ ਪੁੱਛਿਆ, ਉਹਨਾਂ ਕਿਹਾ ਭਰਾ ਇਹ ਕੀ ਲੱਗਾ ਕਰਨ, ਵੀਰ ਇਹ ਕੀ ਲੱਗਾ ਕਰਨ, ਇਹ ਕੀ ਕਰਨ ਲੱਗਾ? ਉਹਨੇ ਕਿਹਾ ਤੇਰੇ 'ਤੇ ਆਹ ਇਲਜ਼ਾਮ ਹੈ, ਹੁਕਮ ਹੈ ਬਾਲਕ ਸਾਹਿਬ ਦਾ, ਤੈਨੂੰ ਮੈਂ ਨਹੀਂ ਛੱਡਣਾ, ਤੇਰੇ ਡੱਕਰੇ ਕਰ ਦੇਣੇ ਨੇ ਇੱਥੇ। ਉਹਨੇ ਹਾੜੇ ਪਾਏ, ਮਿੰਨਤਾਂ ਕੀਤੀਆਂ, ਤਰਲੇ ਲਾਏ। ਆਖਿਰ ਫਿਰ ਤੁਹਾਨੂੰ ਪਤਾ ਹੈ ਵੀ ਭਰਾ ਸੀ, ਉਹਦੇ ਦਿਲ ਦੇ ਵਿੱਚ ਕੁਛ ਰਹਿਮ ਆ ਗਿਆ। ਉਹਨੇ ਕਿਹਾ ਇੱਕ ਤਰ੍ਹਾਂ ਮੈਂ ਤੈਨੂੰ ਛੱਡ ਦਿੰਦਾ, ਤੂੰ ਉਹਨੂੰ ਦੇਸ ਨਿਕਾਲਾ, ਫਿਰ ਤੂੰ ਘਰ ਨਹੀਂ ਆਉਣਾ। ਜੇ ਤੂੰ ਘਰ ਵਾਪਸ ਹਟ ਕੇ ਆਈ ਹੋ ਤਾਂ ਬਾਲਕ ਸਾਹਿਬ ਨੂੰ, ਬਾਦਸ਼ਾਹ ਸਾਹਿਬ ਨੂੰ ਜੇ ਪਤਾ ਲੱਗ ਗਿਆ ਤਾਂ ਉਹ ਤਾਂ ਮੇਰੇ ਕੋਲ ਛੱਡ ਕੇ ਤੇਲ ਕੱਢ ਦੇਗਾ, ਤਾਂ ਮੇਰੇ ਡੱਕਰੇ ਕਰ ਦੇਗਾ, ਕਿਉਂਕਿ ਉਹਦਾ ਹੁਕਮ ਹੈ। ਅਤੇ ਮੈਂ ਹੁਣ ਤੈਨੂੰ ਛੱਡ ਕੇ ਜਾਣਾ, ਇਸ ਵਾਸਤੇ ਤੂੰ ਤਰਲੇ ਪੈ ਲੈਂਦੀ ਹੈ। ਉਹਨੇ ਕਿਹਾ ਮੈਨੂੰ ਛੱਡ ਦੇ ਅਤੇ ਮੇਰਾ ਮੁਸ਼ਕ ਵੀ ਨਾ ਨਿਕਲੇਗਾ, ਮੈਂ ਵਾਪਸ ਨਹੀਂ ਆਵਾਂਗੀ, ਜਿੱਧਰ ਨੂੰ ਮੇਰੇ ਸਿੰਘ ਸਮਾਏ ਮੈਂ ਆਪਦੇ ਚਲੀ ਜਾਵਾਂਗੀ, ਜੇ ਮੇਰੀ ਬਵਧੀ ਹੋਈ ਤਾਂ ਬਾਸ਼ਰਾਂ ਦੀ, ਬਹਰਹਾਲ ਤੂੰ ਮੈਨੂੰ ਹੈ ਕਤਲ ਨਾ ਕਰ। ਉਹਨੇ ਛੱਡ ਦਿੱਤਾ, ਉਹਨੇ ਲਿਜਾ ਹੁਣ ਤੂੰ ਵਾਪਸ ਨਹੀਂ ਆਉਣਾ। ਉਹਨਾਂ ਕਿਹਾ ਠੀਕ ਹੈ। ਲਓ ਜੀ, ਉਹ ਲੜਕਾ ਜਿਹੜਾ ਸੀ ਵਾਪਸ ਆ ਗਿਆ, ਆਉਂਦਿਆਂ ਨੂੰ ਮਾਂ ਅਤੇ ਪਿਓ ਦੋਵੇਂ ਆਏ ਬੈਠੇ ਘਰ। ਉਹਨਾਂ ਪੁੱਛਿਆ ਸੁਣਾ ਬਾਈ ਛੱਡਣਾ ਹੈ? ਉਹਨਾਂ ਕਿਹਾ ਲਾਇਆ ਬਿਲੇ? ਉਹਨਾਂ ਹਾਂਜੀ ਬਿਲਕੁਲ ਬਿਲੇ ਲਾਇਆ ਜੀ, ਮੈਂ ਖਤਮ ਕਰ ਆਇਆ। ਠੀਕ ਹੈ। ਲੰਘਾ ਜੀ ਉਹਨੂੰ ਵੇਖਣ ਨਹੀਂ ਚਾਹੁੰਦੇ ਕਿਉਂਕਿ ਉਹਨੇ ਪੈੜਾ ਰਾਜ ਅਖਤਿਆਰ ਕਰ ਲਿਆ ਸੀ। ਲਵੀ ਉਹ ਕੁੜੀ ਉੱਥੇ ਬੈਠੀ ਰਹੀ, ਆਖਰ ਨੌਜਵਾਨ ਕੁੜੀ ਬੈਠੀ ਰੋਵੇ, ਟਾਈਮ ਮਾਰੇ ਵੀ ਮੈਂ ਨਾ ਉੱਗਾ ਰਹਿ ਗਿਆ ਨਾ ਪਿੱਛੇ ਰਹਿ ਗਿਆ, ਜਾਵਾਂ ਕਿੱਧਰ? ਸਜਣੋ, ਦੂਸਰੇ ਸ਼ਹਿਰ ਦਾ ਬਾਦਸ਼ਾਹ ਔਰ ਬਾਦਸ਼ਾਹ ਦਾ ਵਜ਼ੀਰ ਦੋਵੇਂ ਸ਼ਿਕਾਰ ਨੂੰ ਚੜੇ ਹੋਏ। ਉਹ ਸ਼ਿਕਾਰ ਕਰਦੇ ਕਰਦੇ ਜੰਗਲ ਉਸ ਨੂੰ ਆਉਣ ਵੜੇ, ਜੇ ਲਿਆਏ ਤਾਂ ਵੇਖਿਆ ਦੂਰੋਂ ਨਿਗਾਹ ਮਾਰੀ, ਇਹਨਾਂ ਕਿਹਾ ਹੈ ਇੱਕ ਹੀ ਚੀਜ਼ ਹੈ, ਕਿਉਂਕਿ ਉਹਨੂੰ ਜਿਹੜੇ ਉਹਨੇ ਵੇਖਿਆ ਤਾਂ ਉਹਨੇ ਤਾਂ ਪਰਦਾ ਕਰ ਲਿਆ, ਉਹਦੇ ਤੋਂ ਦੇ ਬੰਦੇ ਗਾਇਰ ਨੇ, ਰਕਾਉਣ ਨੇ ਤਾਂ ਮੇਰੇ ਨਾਲ ਕੀ ਕਰਨਗੇ, ਮੈਨੂੰ ਮਾਰੇ ਨਾ ਦੇਣ। ਉਹ ਪਰਦਾ ਕਰਕੇ ਨਾ ਸਿਰ ਨੂੰ ਲੇਟ ਕੇ ਜ਼ਿਆਦਾ ਬੈਠੀ, ਉਹਨੇ ਦੂਰੋਂ ਆਵਾਜ਼ ਮਾਰੀ ਬਾਦਸ਼ਾਹ ਨੇ, ਸੁਣੋ ਪੰਜੇ ਉਂਗਲੀ ਇੱਕੋ ਜਿਹੀਆਂ ਨਹੀਂ ਹੁੰਦੀਆਂ, ਬੰਦੇ ਸਿਆਣੇ ਅਤੇ ਸਮਝਦਾਰ ਵੀ ਹੁੰਦੇ ਨੇ। ਉਹ ਬਾਦਸ਼ਾਹ ਅਕਲਮੰਦ ਅਤੇ ਸਮਝਦਾਰ ਸੀ, ਉਹਨੂੰ ਦੂਰੋਂ ਆਵਾਜ਼ ਦਿੱਤੀ, ਨਾ ਕੌਣ ਹੈ ਕਿਹੜੀ ਚੀਜ਼ ਹੈ, ਜੇ ਬੋਲ ਪਵੇ ਤਾਂ ਕੰਮ ਚੰਗਾ ਨੇ ਤਾਂ ਤੀਰ ਮਾਰ ਕੇ ਉਡਾ ਦਿਆਂਗਾ। ਉਹਨੇ ਆਖਿਆ ਮੈਂ ਇਨਸਾਨ ਹਾਂ, ਮੈਂ ਔਰਤ ਹਾਂ,
ਇਸ ਵਾਸਤੇ ਮੈਂ ਸਿਰ ਮੂੰਹ ਵਲੇਟ ਕੇ ਪਰਦਾ ਕਰਕੇ ਬੈਠੀ ਹਾਂ, ਕਿਉਂਕਿ ਤੁਸੀਂ ਗੈਰ ਜੇ ਮੈਂ ਕੁਝ ਇਹਨੂੰ ਭੂਤ ਨਹੀਂ। ਉਹਨੇ ਕਿਹਾ ਤੈਨੂੰ ਕੀ ਮੁਸੀਬਤ ਹੈ, ਕਿਸ ਵਾਸਤੇ ਤੂੰ ਬੈਠੀ ਹੈ ਇਕੱਲੀ ਜੰਗਲ ਦੇ ਵਿੱਚ, ਕੋਈ ਅੱਗਾ ਪਿੱਛਾ ਤੇਰਾ ਦੱਸ, ਤੈਨੂੰ ਤਾਂ ਪਹੁੰਚਾ ਦਿੰਦੇ, ਤੇਰੀ ਹੈਲਪ ਕਰਨੇ ਆ। ਉਹਨੇ ਆਖਿਆ ਨਾ ਮੇਰਾ ਅੱਗਾ ਅਤੇ ਨਾ ਮੇਰਾ ਪਿੱਛਾ, ਮੇਰਾ ਕੁਛ ਵੀ ਨਹੀਂ ਹੈਗਾ, ਮੈਂ ਇਕੱਲੀ ਹਾਂ ਦਮ ਦੇ ਦਮ। ਉਹਨੇ ਆਖਿਆ ਇਹ ਤਾਂ ਗੱਲ ਮਾੜੀ ਹੈ, ਇਸ ਜੰਗਲ 'ਚ ਤੂੰ ਕਿਵੇਂ ਗੁਜ਼ਾਰਾ ਕਰੇਂਗੀ ਅਤੇ ਕਿਵੇਂ ਰਹੇਂਗੀ? ਫਿਰ ਜੇ ਅਗਰ ਤੂੰ ਚਾਹੇ ਤਾਂ ਫਿਰ ਤੈਨੂੰ ਅਸੀਂ ਨਾਲ ਲੈ ਜਾਈਏ, ਜੇ ਤੇਰਾ ਪਿੱਛਾ ਅੱਗਾ ਹੈਗਾ ਹੈ ਤਾਂ ਆਣੀਏ ਅਤੇ ਅਸੀਂ ਤੈਨੂੰ ਘਰ ਪਹੁੰਚਾ ਦਿੰਦੇ ਹਾਂ, ਤੇਰੀ ਹੈਲਪ ਕਰਨਾ, ਤੇਰੀ ਮਦਦ ਕਰਨਾ। ਆਖਿਰ ਨਹੀਂ ਮੇਰਾ ਅੱਗਾ ਪਿੱਛਾ ਕੋ ਨਹੀਂ, ਤੁਸੀਂ ਅਗਰ ਮੈਨੂੰ ਨਾਲ ਲਿਜਾਣਾ ਚਾਹੁੰਦੇ ਹੋ ਤਾਂ ਮੈਂ ਤਿਆਰ ਹਾਂ, ਲੈ ਚੱਲੋ। ਉਹਨਾਂ ਕਹਾ ਠੀਕ ਹੈ। ਲਓ ਜੀ, ਬਾਦਸ਼ਾਹ ਨੇ ਆਪਦੇ ਉਹਨੂੰ ਘੋੜੇ 'ਤੇ ਪਿੱਛੇ ਬਿਠਾ ਲਿਆ ਅਤੇ ਉਹ ਆਪਦੇ ਸ਼ਹਿਰ 'ਚ ਲੈ ਗਿਆ, ਆਪਦੇ ਘਰ 'ਚ ਲੈ ਗਿਆ। ਹੁਣ ਜਿਹੜਾ ਉਹ ਵਜ਼ੀਰ ਸੀ ਉਹਨੇ ਸ਼ਕਲ ਨਹੀਂ ਵੇਖੀ ਹੁੰਦੀ, ਜਿਸ ਵੇਲੇ ਘਰ ਲੈ ਗਿਆ ਅਤੇ ਘਰ 'ਚ ਲਿਜਾ ਕੇ ਵੇਖਿਆ ਤਾਂ ਨਾ ਵੀ ਇਵੇਂ ਤਾਂ ਨਹੀਂ ਹੁਣ ਮੈਨੂੰ ਰੱਖ ਸਕਦਾ, ਆਖਿਰ ਘਰ ਦੇ ਵਿੱਚ ਹੋਰ ਵੀ ਬੇਗਮਾਂ ਹੈਗੀਆਂ ਨੇ, ਉਹਨਾਂ ਦਿਲ 'ਚ ਵੀ ਕੀ ਗੱਲ ਜਾਇ ਦੀ, ਕੀ ਸ਼ੱਕ ਕਰਨਗੇ ਲੋਕ, ਅੱਛੀ ਗੱਲ ਨਹੀਂ। ਉਹਨਾਂ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਮੈਂ ਤੈਨੂੰ ਰੱਖ ਨਹੀਂ ਸਕਦਾ, ਤੂੰ ਜਵਾਨ ਹੈ, ਗੱਭਰੂ ਹੈ, ਅਤੇ ਜਿੱਚਿਆ ਹੈ ਤਾਂ ਫਿਰ ਮੈਂ ਤੇਰੇ ਨਾਲ ਨਿਕਾਹ ਕਰ ਲੈਂਦਾ, ਇਸ ਤਰ੍ਹਾਂ ਤੈਨੂੰ ਆਪਦੇ ਘਰ ਰੱਖ ਨਹੀਂ ਸਕਦਾ ਮੈਂ। ਉਹਨੇ ਕਿਹਾ ਕੋਈ ਗੱਲ ਨਹੀਂ, ਨਿਕਾਹ ਕਰ ਲਓ। ਲਓ ਜੀ, ਬਾਦਸ਼ਾਹ ਨੇ ਉਹਦੇ ਨਾਲ ਨਿਕਾਹ ਕਰ ਲਿਆ, ਬਾਦਸ਼ਾਹ ਦੀ ਬੇਗਮ ਬਣ ਗਈ। ਅੱਜ ਔਰ ਪਲਕ ਔਰ ਕਰਜ਼ਾ ਕਰਾਉਂਦਿਆਂ ਦੋ ਸਾਲ ਪਏ, ਤਰਾਏ ਚਾਰ ਸਾਲ ਜਿਹੜੇ ਪਏ ਤਾਂ ਸਜਣੋ ਦੋ ਬੇਟੇ ਹੋਏ ਉਹਦੇ, ਜਿਹੜੇ ਦੋ ਬੇਟੇ ਹੋਏ ਤਾਂ ਇੱਕ ਦਿਨ ਉਹ ਬੈਠੀ, ਉਹਨੂੰ ਪਿੱਛਾ ਯਾਦ ਆ ਗਿਆ, ਰੋਵੇ ਪਈ ਟਾਈਮ ਮਾਰ ਮਾਰ ਕੇ। ਬਾਦਸ਼ਾਹ ਆਇਆ, ਵੇਖਿਆ, ਪੁੱਛਿਆ, ਆਖਿਆ ਕਿਉਂ ਰੋਨੀ ਹੈ, ਕੀ ਹੋਇਆ ਜੀ? ਆਖਿਆ ਅੱਜ ਮੇਰਾ ਵੀ ਕੋਈ ਅੱਗਾ ਪਿੱਛਾ ਹੁੰਦਾ ਅਤੇ ਇਹ ਮੇਰੇ ਬੇਟੇ ਸਨ ਜਿਹੜੇ, ਇਹ ਮਾਮੇ ਨੂੰ ਨਾਨੀ ਨੂੰ ਨਾਨੇ ਨੂੰ ਮਿਲਦੇ ਗਿਲਦੇ, ਉਹਨੂੰ ਕੁਛ ਵਾਪਿਆ। ਉਹਨੇ ਕਿਹਾ ਵੀ ਨਾ ਕੁਝ ਹੈ। ਉਹਨੇ ਆਹ ਗੱਲ ਸੁਣ, ਡਰਨ ਦੀ ਲੋੜ ਕੋਈ ਨਹੀਂ, ਤੂੰ ਬਾਦਸ਼ਾਹ ਦੀ ਬੇਗਮ ਹੈ, ਕਿਸੇ ਕਿਸਮ ਦੀ ਕਮੀ ਨਹੀਂ ਹੈਗੀ, ਔਰ ਕੋਈ ਡਰਨ ਦੀ ਲੋੜ ਨਹੀਂ, ਦੱਸ ਤੇਰਾ ਕੋਈ ਅੱਗਾ ਪਿੱਛਾ ਹੈ ਅਤੇ ਤੈਨੂੰ ਮਿਲਾ ਲਿਆਉਣੇ ਆ, ਤੈਨੂੰ ਜੋ ਵਾਰ ਵਾਰ ਕਹਿਣਾ, ਕਿਉਂ ਨਹੀਂ ਤੂੰ ਦੀਆ ਜਾਂਦੀ? ਉਹਨੇ ਆਖਿਆ ਮੈਨੂੰ, ਉਹਨੇ ਫਿਰ ਗੱਲ ਸੁਣਾਈ ਕਿ ਮੈਂ ਕਿਸੇ ਵਜ੍ਹਾ ਤੋਂ ਘਰ ਜਾ ਨਹੀਂ ਸਕਦੀ ਕਿਉਂਕਿ ਮੈਨੂੰ ਦੇਸ਼ ਨਿਕਾਲਾ ਮਿਲਿਆ ਸੀ। ਉਹਨੇ ਆਖਿਆ ਕੋਈ ਗੱਲ ਨਹੀਂ, ਦੇਸ਼ ਨਿਕਾਲਾ ਮਿਲਿਆ ਅਸੀਂ ਦਿੱਤਾ ਸੀ ਉਹਦੀ, ਦੇਸ਼ ਨਿਕਾਲਾ ਦੇਣ ਵਾਲੇ ਦੀ, ਮੈਂ ਤੈਨੂੰ ਮਿਲਾ ਕੇ ਲਿਆਉਣਾ। ਆਵਾਜ਼ ਮਾਰੀ, ਅਬੇ ਵਜ਼ੀਰ, ਜਿਵੇਂ ਬਾਦਸ਼ਾਹ ਸਲਾਮਤ, ਜੰਗੀ ਸਮਾਨ ਲੈ ਲਓ, ਨਾਲ ਫੌਜ ਲੈ ਲਓ, ਇਸ ਬੇਗਮ ਮੇਰੀ ਨੂੰ ਜਾ ਕੇ ਤਿੰਨ ਬੱਚਿਆਂ ਨੂੰ ਪੇਕਾ ਤੋਂ ਮਿਲਾ ਕੇ ਲਿਓ। ਠੀਕ ਹੈ ਬਾਦਸ਼ਾਹ ਸਲਾਮਤ, ਲਓ ਜੀ ਤਿਆਰੀ ਹੋ ਗਈ। ਜਦੋਂ ਤਿਆਰੀ ਹੋ ਗਈ ਤਾਂ ਰਾਤ ਵਿੱਚ ਜੰਗਲ ਦੇ ਵਿੱਚ ਰਾਤ ਪੈ ਗਈ, ਉੱਥੇ ਕੈਂਪ ਲਾ ਲਏ। ਹੁਣ ਉਹ ਪਰਦੇ 'ਚ ਬੈਠੀ ਆਪਦੇ ਕੈਂਪ 'ਚ, ਉਹਦਾ ਕੈਂਪ ਲਹਿਦਾ ਸੀ, ਬੱਚੇ ਦੋ ਉਹਦੇ ਕੋਲ, ਵਜ਼ੀਰ ਲਹਿਦਾ ਆਪਦੇ ਕੈਂਪ 'ਚ, ਜਿਹੜੀ ਨਾਲ ਫੌਜ ਸੀ ਉਹ ਆਪਦੇ ਲਹਿਦਾ ਲਹਿਦਾ ਕੈਂਪਾਂ 'ਚ ਬੈਠੀ। ਹੁਣ ਜਿਹੜੀ ਪਿਛਲੀ ਕੋਈ ਰਾਤ ਦਾ ਟਾਈਮ ਹੋਇਆ ਨਾ, ਅਤੇ ਉਹ ਬੱਚੇ ਜਿਹੜੇ ਸਨ ਨਾ, ਉਹ ਰੋਣ ਲੱਗ ਪਿਆ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ, ਬੱਚੇ ਰੋ ਵੀ ਪੈਂਦੇ ਨੇ। ਜਦੋਂ ਬੱਚੇ ਰੋਣ ਲੱਗ ਪਏ ਤਾਂ ਵਜ਼ੀਰ ਜਿਹੜਾ ਸੀ ਉਹਨਾਂ ਕਿਹਾ ਪਤਾ ਕਰਾਂ ਵਜ੍ਹਾ ਕੀ। ਜਿਹੜੇ ਉੱਧਰ ਨੂੰ ਗਿਆ ਅਤੇ ਉਹ ਹੁਣ ਪਰਦਾ ਜਿਹੜਾ ਸੀ ਉਹਦਾ, ਕਿਉਂਕਿ ਖੇਮੇ ਦੇ ਵਿੱਚ ਸੀ ਪਰਦਾ ਤਾਂ ਨਹੀਂ ਹੈਗਾ ਸੀ ਚਿਹਰੇ 'ਤੇ, ਉਹਨੇ ਜਿਹੜੀ ਨਿਗਾਹ ਮਾਰੀ ਨਾ
ਅਤੇ ਉਹ ਨਿਗਾਹ ਪੈ ਗਈ ਅਤੇ ਆਖਰ ਸੀ ਹੁਸਨਦਾਰ ਕੁੜੀ ਸੀ, ਬੜੀ ਬਿਹਤਰੀਨ ਦਿੱਤੀ ਸ਼ਕਲ ਸੀ, ਵੇਖ ਕੇ ਤਾਂ ਉਹਦੀ ਨਿਗਾਹ ਬਦਲ ਗਈ। ਉਹਨੇ ਕੋਸ਼ਿਸ਼ ਕੀਤੀ ਅੰਦਰ ਦਾਖਲ ਹੋਣ ਦੀ, ਉਹਨੇ ਕਿਹਾ ਕੌਣ ਹੈ ਤੂੰ? ਉਹਨੇ ਕਿਹਾ ਮੈਂ ਵਜ਼ੀਰ। ਉਹਨੇ ਕਿਹਾ ਚੱਲ ਮੇਰੇ ਕੰਮ 'ਚ ਕੀ ਲੈਣਾ ਹੈ? ਉਹਨੇ ਕਿਹਾ ਗੱਲ ਸੁਣ, ਜਿਹੜਾ ਅਗਰ ਮੇਰੇ ਦਿਲ ਦੀ ਇਰਾਦਾ ਹੈ, ਮੇਰੀ ਨੀਅਤ ਗਈ ਬਦਲ, ਜੇ ਤੂੰ ਮੰਨ ਲਵੇਂ ਤਾਂ ਚੰਗੀ ਗੱਲ ਹੈ, ਵਰਨਾ ਤੇਰੇ ਬੱਚੇ ਜਿਹੜੇ ਮੈਂ ਮਾਰ ਦਿਆਂਗਾ। ਉਹਨੇ ਕਿਹਾ ਬੱਚੇ ਮੇਰੇ ਹਾਜ਼ਰ ਨੇ ਅਤੇ ਖਬਰਦਾਰ ਜੀ ਮੇਰੇ ਲਈ ਭੜੀ ਨਿਗਾਹ ਕਰਕੇ ਵੇਖੋ। ਲਓ ਜੀ ਉਹ ਜੋ ਕੰਮ ਤੋਂ ਨਿਕਲ ਕੇ ਦੌੜ ਗਈ, ਜੰਗਲ ਸੀ, ਅਤੇ ਉਹਨੇ ਪਿੱਛੋਂ ਦੇ ਬੱਚੇ ਦੋਵੇਂ ਮਾਰ ਦਿੱਤੇ। ਹੁਕਮ ਦਿੱਤਾ ਵੀ ਖਬਰਦਾਰ ਇਹਦੇ ਕੋਲ ਪਿੱਛੇ ਜਾਏ। ਸਾਰੀ ਫੌਜ ਜਿਹੜੀ ਸੀ ਉਹ ਤੋਂ ਵਾਪਸ ਲੈ ਲੈਂਦੀ, ਉਹ ਆਪਦੀ ਜਾਨ ਬਚਾ ਕੇ ਉੱਥੋਂ ਨਿਕਲ ਗਈ। ਫੌਜ ਵਾਪਸ ਆ ਗਈ, ਘਰ ਗਿਆ, ਬਾਦਸ਼ਾਹ ਨਾਲ ਗੱਲ ਕੀਤੀ। ਜਿਵੇਂ ਬਾਦਸ਼ਾਹ ਸਲਾਮਤ, ਮੈਂ ਕਿਹਾ ਦੱਸੋ ਜੀ। ਉਹਨੇ ਕਿਹਾ ਉਹ ਬੇਗਮ ਜਿਹੜੀ ਸੀ ਤੁਹਾਡੀ, ਉਹ ਔਰਤ ਨਹੀਂ ਸੀਗੀ, ਉਹ ਤਾਂ ਕੋਈ ਹਵਾ 'ਚ ਹੀ ਸੀ, ਜੰਗਲ 'ਚ ਪਕੜ ਕੇ ਲਿਆਂਦੀ ਸੀ। ਕੀ ਪਤਾ ਅਫਾਤ ਜਿੰਨੇ ਭੂਤ ਕੀ ਬਲਾ ਸੀ, ਉਹ ਤਾਂ ਚੀਕ ਮਾਰ ਕੇ ਤਾਂ ਨਿਕਲ ਗਈ ਅਤੇ ਬੱਚੇ ਵੀ ਹੱਥ ਮਾਰ ਗਈ। ਐਸਾ ਪਲੇਨ ਬਣਾਇਆ ਕਿ ਬਾਦਸ਼ਾਹ ਜਿਹੜਾ ਸੀ ਉਹ ਉਹਦੀ ਗੱਲ 'ਤੇ ਅਮਲ ਕਰ ਗਿਆ, ਮੰਨ ਗਿਆ ਬਈ ਵਾਕਿਆ ਵਜ਼ੀਰ ਮੇਰਾ ਜਿਹੜਾ ਨੇ ਸੱਚਾ। ਲਓ ਜੀ ਕਿਆ ਕਿੱਸਾ ਕਹਾਣੀ, ਉਹ ਦੌੜਦੀ 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 ਜਨਾਬ ਅਲੀ ਕਿਸੇ ਹੋਰ ਸ਼ਹਿਰ 'ਚ ਚਲੇ ਗਏ। ਹੁਣ ਇਹਨਾਂ ਦੋ ਸ਼ਹਿਰਾਂ ਦੇ ਦਰਮਿਆਨ ਦੇ ਵਿੱਚ ਉਹ ਸ਼ਹਿਰ ਪਿੰਡ ਏ ਜਿੱਥੇ ਉਹ ਪਹੁੰਚ ਗਈ। ਉਹਨੇ ਸੋਚਿਆ ਵੀ ਮੈਨੂੰ ਛੱਡਣ ਨਹੀਂ ਲੱਗਾ ਕੋਈ, ਕੋਈ ਜਿਹੜਾ ਬੰਦਾ ਵੇਂਦਾ ਉਹ ਮੇਰੇ ਤੋਂ ਬਦਲ ਜਾਂਦਾ, ਅਤੇ ਉਹ ਨਾ ਤਾਂ ਮੈਂ ਬੰਦੇ ਆਪਦਾ ਰੂਪ ਬਦਲ ਲਵਾਂ। ਲਓ ਜੀ ਉਹਨੇ ਭੇਸ ਬਦਲਿਆ ਫਕੀਰੀ ਦਾ, ਵੇਦਾ ਗੱਲ ਦੇ ਵਿੱਚ ਤਸਵੇ ਪਾ ਲਏ ਅਤੇ ਜਨਾਬ ਅਲੀ ਉਹ ਫਕੀਰ ਬਣ ਗਿਆ। ਜਦੋਂ ਫਕੀਰ ਬਣ ਗਿਆ ਤਾਂ ਉਹਨੇ ਇੱਕ ਵੱਖਰੀ ਕੁੱਲੀ ਜੀ ਬਣਾ ਲਈ ਅਤੇ ਉੱਥੇ ਤਾਂ ਬਹਿ ਗਿਆ ਅਤੇ ਅੱਲਾ ਅੱਲਾ ਕਰੇ, ਨਮਾਜ਼ ਪੜ੍ਹੇ ਅਤੇ ਅੱਲਾ ਕੇ ਦੁਆਵਾਂ ਵੀ ਕਰੇ ਅਤੇ ਗੱਲ ਸੁਣਾਵੇ ਕਰੇ। ਸਜਣੋ ਗੱਲ ਜਿਹੜੇ ਲੋਕ ਸੁਣਦੇ ਨੇ ਜਾਂ ਸੁਣਾਉਂਦੇ ਨੇ ਨਾ, ਉਹ ਜਿਹੜੀ ਗੱਲ ਦਾ ਚਸ ਆਉਂਦੀ ਹੈ ਨਾ ਉਹਨਾਂ ਨੂੰ, ਉਹ ਫਿਰ ਬੜੇ ਬੜੇ ਪੰਧਰ 'ਤੇ ਵੀ ਜਾਂਦੇ ਨੇ ਗੱਲ ਸੁਣਨ ਵਾਸਤੇ। ਹੌਲੀ ਹੌਲੀ ਗੱਲ ਚੱਲਦੀ 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 ਉਹਦਾ ਜਿਹੜਾ ਪਿਓ ਸੀ ਨਾ, ਉਹਦੇ ਕੋਲ ਗੱਲ ਪਹੁੰਚ ਗਈ। ਉਹਨੇ ਉੱਥੋਂ ਨਾਲ ਜਨਾਬ ਅਲੀ ਮੌਲਵੀ ਵੀ ਲੈ ਲਿਆ, ਨਾਲ ਉਹਨੇ ਆਪਣੇ ਬੇਟੇ ਨੂੰ ਲੈ ਲਿਆ, ਨਾਲ ਬਾਦਸ਼ਾਹ ਝੜ ਪੈ ਵੀ ਚਲੀ ਗਿਆ। ਇਸ ਤਰ੍ਹਾਂ ਕੋਈ ਫਕੀਰ ਹੈਗਾ ਤਾਂ ਗੱਲ ਸੁਣਾਉਂਦਾ ਹੈ। ਉੱਧਰ ਤੁਰ ਪਏ, ਪੁੱਛਦੇ ਪੁੱਛਦੇ ਉਹ ਉਸ ਜਗ੍ਹਾ 'ਤੇ ਆ ਗਏ ਫਕੀਰ ਦੀ ਕੁੱਲੀ ਕੋਲ। ਅਤੇ ਜੇ ਉੱਧਰ ਜਿਹੜਾ ਬਾਦਸ਼ਾਹ ਨਾਲ ਉਹਨੇ ਨਿਕਾਹ ਕੀਤਾ ਸੀ ਉਹਨੂੰ ਪਤਾ ਲੱਗਾ, ਉਹ ਵਜ਼ੀਰ ਨੂੰ ਅਤੇ ਬਾਦਸ਼ਾਹ ਨੂੰ, ਉਹ ਵੀ ਚੜ ਪਏ ਵੀ ਇਸ ਤਰ੍ਹਾਂ ਗੱਲ ਸੁਣਾਉਂਦਾ ਕੋਈ ਫਕੀਰ ਹੈ ਤਾਂ ਉਹਦੇ ਕੋਲ ਚੱਲਣਾ ਆ। ਉਹ ਉੱਧਰੋਂ ਚੜ ਪਏ, ਉੱਥੇ ਆ ਕੇ ਇਕੱਠੇ ਹੋ ਗਏ ਉਸ ਫਕੀਰ ਕੋਲ। ਜਦੋਂ ਉਹਨੇ ਵੇਖਿਆ ਉਹਨੇ ਤਾਂ ਪਹਿਚਾਣ ਲਿਆ, ਲੇਕਿਨ ਉਹਨੇ ਭੇਸ ਵਟਾਇਆ ਸੀ, ਭੇਸ ਬਦਲਿਆ ਸੀ, ਫਕੀਰ ਬਣਿਆ ਸੀ। ਉਹ ਉਹਨੂੰ ਪਹਿਚਾਣ ਨਾ ਸਕੇ, ਨਾ ਉਹਦਾ ਮਾਲਕ ਉਹਨੂੰ ਪਹਿਚਾਣ ਸਕਿਆ ਬਾਦਸ਼ਾਹ, ਨਾ ਉਹਦਾ ਪਿਓ ਬਾਦਸ਼ਾਹ ਜਿਹੜਾ ਸੀ ਉਹਨੂੰ ਪਹਿਚਾਣ ਸਕਿਆ, ਕੋਈ ਵੀ ਨਾ ਪਹਿਚਾਣ ਸਕਿਆ। ਲੇਕਿਨ ਉਹਨੇ ਤਾਂ ਪਹਿਚਾਣ ਲਿਆ ਵੀ ਆਹ ਮੇਰਾ ਪਿਓ ਹੈ, ਆਹ ਮੇਰਾ ਜਿਹੜਾ ਮਾਲਕ ਹੈ, ਇਹ ਵੀ ਆ ਗਿਆ। ਉਹਨੇ ਕਿਹਾ ਹਾਂ ਬਈ ਗੱਲ ਕਿਹੜੀ ਸੁਣਨੀ ਚਾਹੁੰਦੇ ਜੇ, ਜੱਗ ਵਾਪਰੀ ਹੱਡ ਵਾਪਰੀ? ਸਜਣੋ ਹੱਡ ਵਾਪਰੀ ਉਹ ਗੱਲ ਹੁੰਦੀ ਜਿਹੜੀ ਆਪਦੇ ਨਾਲ ਬੀਤੀ ਹੋਵੇ, ਆਪਦੀ ਗੱਲ ਹੁੰਦੀ ਜਿਹੜੀ ਉਹਨੂੰ ਆਉਂਦੇ ਨੇ ਹੱਡ ਵਾਪਰੀ, ਅਤੇ ਜੱਗ ਵਾਪਰੀ ਉਹ ਗੱਲ ਹੁੰਦੀ ਹੈ ਜਿਹੜੀ ਬਾਦਸ਼ਾਹਾਂ ਦੀ ਜਾਂ ਕੋਈ ਜਿਸ ਤਰ੍ਹਾਂ ਮਤਲਬ ਤੁਹਾਨੂੰ ਮੈਂ ਗੱਲ ਸੁਣਾ ਰਿਹਾ ਇਹ ਜੱਗ ਵਾਪਰੀ ਹੈ, ਵੀ ਜੱਗ ਦੀ ਗੱਲ ਹੈ। ਲਓ ਜੀ ਉਹਨੇ ਗੱਲ ਸ਼ੁਰੂ ਕਰ ਦਿੱਤੀ, ਉਹਨਾਂ ਕਿਹਾ ਜੀ ਬਜ਼ੁਰਗੋ ਸਾਨੂੰ ਗੱਲ ਸੁਣਾਓ ਜੱਗ ਵਾਪਰੀ। ਉਹਨੇ ਕਿਹਾ ਬਹਿ ਜਾਓ ਜੀ ਤੁਹਾਨੂੰ ਇਹ ਗੱਲ ਸੁਣਾ ਦਿੰਦੇ ਹਾਂ। ਉਹਨੂੰ ਗੱਲ ਸ਼ੁਰੂ ਕਰ ਦਿੱਤੀ।
ਉਹਨੇ ਕਿਹਾ ਗੌਰ ਨਾਲ ਸੁਣਨੀ ਗੱਲ ਮੇਰੀ। ਇੱਕ ਸ਼ਹਿਰ ਦਾ ਬਾਦਸ਼ਾਹ ਸੀ, ਉਹਦੇ ਕੋਲ ਇੱਕ ਬੇਟਾ ਇੱਕ ਬੇਟੀ ਅਤੇ ਦੋ ਜੀਉ ਆਪ ਸਨ, ਅਤੇ ਉਹਨਾਂ ਦੀ ਅੱਜ ਨੂੰ ਜਾਣ ਦੀ ਤਿਆਰੀ ਕਰ ਲਈ। ਘਰ ਦੇ ਵਿੱਚ ਮੌਲਵੀ ਉਹਨੇ ਰੱਖਿਆ ਹੋਇਆ ਸੀ ਬਾਦਸ਼ਾਹ ਨੇ, ਜਿਹੜਾ ਉਹਦੇ ਬੱਚਿਆਂ ਨੂੰ ਪੜ੍ਹਾਉਂਦਾ ਸੀ। ਅਤੇ ਉਹ ਆਪ ਤਾਂ ਬਾਦਸ਼ਾਹ ਅੱਜ ਨੂੰ ਚਲੇ ਗਏ, ਅਤੇ ਘਰ ਬਾਰ ਅਤੇ ਬੇਟੀ ਜਿਹੜੀ ਹੈ ਨਾ ਉਹ ਮੌਲਵੀ ਦੇ ਸਪੁਰਦ ਕਰ ਗਏ, ਵੀ ਤੇਰੇ ਸਪੁਰਦ ਏ ਅਤੇ ਤੂੰ ਨਾਲੇ ਰਾਖੀ ਰੱਖੀ ਅਤੇ ਨਾਲੇ ਤੂੰ ਇਹਨੂੰ ਪੜ੍ਹਾਵੀ। ਉਹਨੇ ਕਿਹਾ ਠੀਕ ਹੈ। ਉਹ ਜਿਹੜੇ ਹਜ ਨੂੰ ਚਲੇ ਗਏ ਅਤੇ ਮਗਰੋਂ ਜਿਹੜਾ ਉਹ ਮੌਲਵੀ ਸੀ ਨਾ, ਉਹਦੀ ਨੀਅਤ ਬਦਲ ਗਈ। ਜਿਸ ਵੇਲੇ ਉਹਦੀ ਨੀਅਤ ਬਦਲੀ ਅਤੇ ਉਹਨੇ ਉਹਨੂੰ ਲੜਕੀ ਨੂੰ ਆਖਿਆ ਵੀ ਮੈਂ ਤੇਰੇ ਨਾਲ ਨਿਕਾਹ ਕਰਨਾ, ਕਿਉਂਕਿ ਤੇਰਾ ਪਿਓ ਅਤੇ ਮਾਂ ਜਿਹੜੇ ਨੇ ਉਹ ਮੈਨੂੰ ਅੱਗ ਸਨ, ਵੀ ਖੋਰੇ ਸੀ ਪਿੱਛੇ ਵਾਪਸ ਹਟ ਕੇ ਆਵਾਂਗੇ ਕਿ ਨਾ ਆਵਾਂਗੇ ਅਤੇ ਤੂੰ ਇਹਦੇ ਨਾਲ ਨਿਕਾਹ ਕਰਨੀ। ਜਿਹੜੇ ਇੱਥੇ ਗੱਲ ਪਹੁੰਚੀ ਹੈ ਜੇ ਅਤੇ ਮੌਲਵੀ ਅਤੇ ਉਹਨੇ ਸੋਚਿਆ ਵੀ ਗੱਲ ਤਾਂ ਸਾਡੀ ਸ਼ੁਰੂ ਹੋ ਗਈ ਹੈ, ਖੁੜ ਗਈ ਨਾ, ਕਾਣੀ ਨੂੰ ਕਾਣ ਖੁੜਕ ਜਾਂਦਾ। ਉਹ ਬੋਲਿਆ ਮੌਲਵੀ ਨੇ ਕਿਹਾ ਬਜ਼ੁਰਗੋ ਇਹ ਗੱਲ ਛੱਡੋ, ਕੋਈ ਹੋਰ ਗੱਲ ਸੁਣਾਓ। ਬੋਲੇ ਬਾਦਸ਼ਾਹ ਜਿਹੜਾ ਸੀ ਨਗਾ ਖਬਰਦਾਰ ਜੇ ਬਾਬਾ ਬੋਲਣ ਦਾ, ਜਿਹੜਾ ਉਸ ਲੜਕੀ ਦਾ ਪਿਓ ਸੀ ਨਾ, ਖਬਰਦਾਰ ਜੇ ਬੋਲੇ ਤਾ। ਚਲੋ ਬਜ਼ੁਰਗੋ ਸੁਣਾਓ ਗੱਲ, ਅੱਗੇ ਟੋਰੋ। ਉਹਨੇ ਫਿਰ ਗੱਲ ਟੋਰੀ, ਉਹਨੇ ਆਖਿਆ ਗੱਲ ਇਹ ਚੀਜ਼ ਦੀ ਏ ਵੀ ਉਹ ਮੌਲਵੀ ਜਿਹੜਾ ਸੀ ਨਾ ਉਹ ਨਾਖਲਾ। ਉਹਨੇ ਆਖਿਆ ਮੈਂ ਨਿਕਾਹ ਕਰਨਾ। ਲੜਕੀ ਮਜਬੂਰ ਹੋ ਗਈ, ਮਜਬੂਰ ਉਹਨੇ ਆਖਿਆ ਵੀ ਠੀਕ ਹੈ ਤੁਸੀਂ ਤਿਆਰੀ ਕਰੋ ਅਤੇ ਕਰ ਲਓ ਨਿਕਾਹ। ਹੁਣ ਗੁਸਲ ਕਰਨ ਲੱਗਿਆ, ਗੁਸਲਖਾਨੇ ਨੂੰ ਵੜਿਆ, ਲੜਕੀ ਬਾਹਰੋਂ ਡਾਂਗ ਫੜ ਕੇ ਦਰਵਾਜ਼ੇ ਦੇ ਅੱਗੇ ਖਲੋ ਗਈ। ਜਾ ਮੌਲਵੀ ਬਾਹਰ ਨਿਕਲਿਆ, ਉਹਨੇ ਮਾਰੀ ਡਾਂਗ ਸਿਰੇ ਦੇ ਕੋਪਰ ਫੇਂਕ ਦਿੱਤਾ ਹੁੰਦਾ। ਮੌਲਵੀ ਉੱਟ ਕੇ ਆ ਪਿਆ, ਫੜ ਲਓ ਫੜ ਲਓ ਫੜ ਲਓ ਫੜ ਲਓ ਹੋ ਗਈ। ਹਸਪਤਾਲ ਲਾਏ ਗਏ, ਉਹਦਾ ਲਾਜ ਮੁਆਲਜਾ ਹੋਇਆ। ਜਦੋਂ ਲਾਜ ਮੁਆਲਜਾ ਹੁੰਦਾ ਹੋਇਆ ਤਾਂ ਮੌਲਵੀ ਬਚ ਗਿਆ, ਵੱਖਰਾ ਰਹਿਣਾ ਸ਼ੁਰੂ ਕਰ ਦਿੱਤਾ ਉਹਨੇ। ਮੁੜ ਕੇ ਉਹ ਮਹਿਲ ਦੇ ਵਿੱਚ ਦਾਖਲ ਬੱਚੀ ਦੇ ਕੋਲ ਨਹੀਂ ਗਿਆ, ਲੜਕੀ ਕੋਲ। ਹੁਣ ਉਹ ਮੌਲਵੀ ਨੂੰ ਹੌਲ ਪੈਣ ਬਈ ਗੱਲ ਉਹੀ ਸ਼ੁਰੂ ਹੋਏ, ਇਹ ਗੱਲ ਉਹੀ ਸ਼ੁਰੂ ਹੋਏ ਸਾਡੀ ਅਤੇ ਬਾਦਸ਼ਾਹ ਤਾਂ ਮੇਰਾ ਇੱਥੇ ਸਿਰ ਲਾ ਦੇਣਾ। ਆਖਰ ਇਹ ਉਹਦਾ ਪਿਓ ਏ ਬਾਦਸ਼ਾਹ, ਸਾਰੀ ਗੱਲ ਤਾਂ ਪਤਾ ਲੱਗਦੀ ਤਾਂ ਮੇਰਾ ਸਿਰ ਲਾ ਦੇਗਾ। ਉਹਨਾਂ ਕਿਹਾ ਬਜ਼ੁਰਗੋ ਅੱਗੇ ਫਿਰ ਕੀ ਹੋਇਆ? ਹੁਣ ਉਹ ਬੰਦਾ ਜਿਹੜਾ ਦੂਸਰਾ ਬਾਦਸ਼ਾਹ ਜਿਹਨੇ ਉਹਦੇ ਨਾਲ ਨਿਕਾਹ ਕੀਤਾ ਸੀ, ਉਹਦਾ ਮਾਲਕ ਸੀ, ਉਹ ਵੀ ਸੁਣਦਾ ਪਿਆ, ਉਹਦਾ ਵਜ਼ੀਰ ਵੀ ਸੁਣਦਾ ਪਿਆ, ਸੁਣਦੇ ਰਿਹਾ ਜੇ ਗੱਲ। ਇਹ ਗੱਲ ਬੜੀ ਬਿਹਤਰੀਨ ਹੈ ਵੀ ਕਿਵੇਂ ਕਿਸ ਤਰ੍ਹਾਂ ਮਤਲਬ ਉਹਨੇ ਫਿਰ ਕੰਮ ਕੀਤਾ। ਲਓ ਜੀ, ਉਹ ਜਿਸ ਵੇਲੇ ਉਹਨੇ ਇੱਥੇ ਗੱਲ ਅਪੜਾਈ ਬਈ ਮੌਲਵੀ ਜਿਹੜਾ ਸੀ ਉਹ ਬਚ ਗਿਆ ਅਤੇ ਲਹਿਦਾ ਲਹਿਦਾ ਉਹ ਆਪਦਾ ਫਿਰ ਉਹਦੇ ਮਹਿਲ ਦੇ ਵਿੱਚ ਦਾਖਲ ਨਹੀਂ ਹੋਇਆ। ਅਤੇ ਜਦੋਂ ਫਿਰ ਉਹ ਹੱਜ ਨੂੰ ਅੱਜ ਤੋਂ ਵਾਪਸ ਜਲੇ ਆਏ ਨੇ ਅਤੇ ਮੌਲਵੀ ਜੀ ਸਭ ਤੋਂ ਪਹਿਲੇ ਜਾ ਕੇ ਏਅਰਪੋਰਟ 'ਤੇ ਜਾ ਕੇ ਮਿਲਿਆ ਬਾਦਸ਼ਾਹ ਨੂੰ, ਅਤੇ ਬਾਦਸ਼ਾਹ ਨੂੰ ਮਿਲ ਕੇ ਗਿਲ ਕੇ ਅਤੇ ਜਾਣੇ ਅੱਲਾ ਪਤਾ ਨਹੀਂ ਉਹਨੇ ਉਹਦੇ ਨਾਲ ਕੀ ਗੱਲ ਕੀਤੀ ਅਤੇ ਕੀ ਨਹੀਂ ਕੀਤੀ। ਹੁਣ ਜਿਹੜਾ ਸੀ ਨਾ ਉਹ ਬੇਟਾ ਬਾਦਸ਼ਾਹ ਦਾ ਉਹ ਆ ਗਿਆ। ਜਦੋਂ ਉਹ ਆ ਗਿਆ ਉਹਲੇ ਉਹਨੇ ਗੱਲ ਕੀਤੀ, ਉਹਨੇ ਕਿਹਾ ਹੈ ਇਹ ਗੱਲ ਤਾਂ ਉਹ ਹੀ ਹੈ। ਉਹਨੇ ਕਿਹਾ ਬਜ਼ੁਰਗੋ ਸਹੀ ਸੀ ਗੱਲ ਸੁਣਾਓ, ਅਸਲ ਗੱਲ ਕੀ ਹੈ? ਉਹਨੇ ਕਿਹਾ ਗੱਲ ਇਹ ਬਈ ਉਹਨੇ ਉਹਦੇ 'ਤੇ ਇਲਜ਼ਾਮ ਲਾਇਆ ਬਦਕਾਰੀ ਦਾ, ਕਿਉਂਕਿ ਉਹ ਲੜਕੀ ਦਾ ਜਿਹੜਾ ਭਾਈ ਸੀ ਉਹਨੇ ਦੱਸਿਆ ਵੀ ਤੂੰ ਬਦਕਾਰੀ ਕੀਤੀ ਤਾਂ ਵਾਸਤੇ ਤੇਰਾ ਹੁਕਮ ਹੈ ਡੱਕਰੇ ਕਰੇ ਕਰ ਦੇਣ ਦਾ। ਉਹਨੇ ਉਹਦੇ 'ਤੇ ਇਲਜ਼ਾਮ ਲਾਇਆ ਜਿਹੜਾ ਵਾਲਸ ਸੀ ਲੜਕੀ ਦਾ, ਉਹਨੇ
ਪਰ ਪੁੱਤਰ ਨੂੰ ਭੇਜਿਆ, ਬੇਟੇ ਨੂੰ ਬੀਜਾ, ਭੈਣ ਨੂੰ ਨਾਲ ਲੈ ਲਾ, ਤਲਵਾਰ ਲੈ ਲਾ, ਜੰਗਲ ਜਾ ਕੇ ਉਹਨੂੰ ਡੱਕਰੇ ਕਰ ਦੇ। ਜਦੋਂ ਜੰਗਲ ਵਿੱਚ ਲੈ ਗਿਆ ਤਾਂ ਮਰਨ ਲੱਗਾ ਤਾਂ ਉਹਨੇ ਤਰਲਾ ਅਤੇ ਮਿੰਨਤ ਕੀਤੀ, ਬੰਨਾ ਵੀਰ ਮੈਨੂੰ ਮਾਰਨਾ, ਇਵੇਂ ਨਾ ਕਰ ਤੇ ਮੈਨੂੰ ਉਂਝ ਦੇਸ ਨਿਕਾਲਾ ਦੇ ਕੇ ਚਲਾ ਜਾ। ਉਹਦੇ ਦਿਲ ਦੇ ਵਿੱਚ ਰਹਿਮ ਆ ਗਿਆ, ਜਿਸ ਵੇਲੇ ਰਹਿਮ ਆ ਗਿਆ ਨਾ ਤਾਂ ਉਹਨੇ ਉਹਨੂੰ ਛੱਡ ਦਿੱਤਾ, ਉਹ ਵਾਪਸ ਚਲਾ ਗਿਆ। ਹੁਣ ਲੜਕੀ ਸਾਰੇ ਦਿਨ ਉੱਥੇ ਬੈਠੀ ਸੀ ਇਕੱਲੀ, ਅਤੇ ਜੇ ਦੂਸਰੇ ਇੱਕ ਹੋਰ ਮੁਲਕ ਦਾ ਸ਼ਹਿਰ ਦਾ ਬਾਦਸ਼ਾਹ ਜਿਹੜਾ ਸੀ ਉਹ ਸ਼ਿਕਾਰ ਨੂੰ ਚੜਿਆ ਆਇਆ ਅਤੇ ਉਹ ਉਸ ਇਲਾਕੇ ਵਾਲੇ ਪਾਸੇ ਆ ਗਿਆ, ਉਹ ਜੰਗਲ 'ਚ ਨਾਲ ਉਹਨਾਂ ਵਜ਼ੀਰ ਵੀ। ਹੁਣ ਉਹਨਾਂ ਨੂੰ ਗੱਲ ਸੁਣ ਖੁੜ ਗਈ ਉਹਨੂੰ ਵੀ ਦੀਏ ਨੂੰ ਵਜ਼ੀਰ ਨੂੰ, ਬਈ ਇਹ ਗੱਲ ਉਹ ਹੀ ਹੈ, ਹੋਰ ਗੱਲ ਕੋਈ ਨਹੀਂ। ਉਹਨੇ ਆਖਿਆ ਉਹ ਜਿਹੜਾ ਬੰਦਾ ਪਿਓ ਸੀ ਉਹਨੇ ਆਖਿਆ ਬਜ਼ੁਰਗੋ ਫਿਰ ਸਾਨੂੰ ਤੁਸੀਂ ਇਹ ਦੱਸੋ ਬਈ ਉਹ ਫਿਰ ਲੜਕੀ ਗਈ ਕਿੱਧਰ ਨੂੰ, ਕੋਈ ਤੁਹਾਨੂੰ ਹੈ ਅੱਗੇ ਪਿੱਛੇ ਦਾ ਪਤਾ? ਉਹਨੇ ਕਿਹਾ ਸਾਰਾ ਕੁਛ ਤੁਹਾਨੂੰ ਦੱਸਾਂਗੇ ਜੀ ਤੁਸੀਂ ਆਰਾਮ ਨਾਲ ਬੈਠ ਕੇ ਸੁਣਦੇ ਰਹੋ। ਤਾਂ ਮੌਲਵੀ ਜਿਹੜਾ ਸੀ ਉਹਨੂੰ ਤਾਂ ਪਖਾਣੇ ਲੱਗ ਗਏ ਵੀ ਵੀ ਹੁਣ ਬਸ ਮੇਰਾ ਗਾਣ ਵਿੱਚ ਕੁੱਲ ਹੋ ਜਾਣਾ। ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਹਾ ਜੀ ਮੈਂ ਕਿਤੇ ਕੰਮ ਚੱਲਿਆ ਜਾਂ ਕੋਈ। ਉਹਨੇ ਕਿਹਾ ਬੈਠਾ ਰਹੋ, ਖਬਰਦਾਰ ਜੇ ਜਾਇਆ ਤਾਂ। ਉਹਨਾਂ ਨੂੰ ਬਾਹ ਲਿਆ ਉੱਥੇ, ਨਖ ਨਹੀਂ ਜਾਣ ਦੇਣਾ, ਪਤਾ ਲੱਗੇ ਇੱਕ ਵਾਰੀ ਵੀ ਗੱਲ ਜਾਂਦੀ ਕਿੱਧਰ ਨੂੰ। ਲਓ ਜੀ ਫਿਰ ਉਹ ਜਿਹੜੇ ਸੀ ਨਾ ਬਾਦਸ਼ਾਹ ਅਤੇ ਵਜ਼ੀਰ ਉਹ ਸ਼ਿਕਾਰ ਕਰਦੇ ਕਰਦੇ ਉਹ ਜੰਗਲ ਦੇ ਵਿੱਚ ਆਏ ਅਤੇ ਆਣ ਕੇ ਅਤੇ ਉਹਨਾਂ ਪੁੱਛਿਆ ਵੀ ਤੂੰ ਕੌਣ ਹੈ? ਉਹਨੇ ਕਿਹਾ ਮੈਂ ਔਰਤ ਹਾਂ, ਇਕੱਲੀ ਬੈਠੀ ਹਾਂ, ਅੱਗਾ ਪਿੱਛਾ ਕੋਈ ਨਹੀਂ। ਉਹਨੇ ਆਖਿਆ ਬਈ ਅੱਗਾ ਪਿੱਛਾ ਕੋਈ ਨਹੀਂ ਤਾਂ ਫਿਰ ਤੈਨੂੰ ਅਸੀਂ ਨਾਲ ਲੈ ਚੱਲੀਏ। ਉਹਨੇ ਆਖਿਆ ਵੀ ਅੱਗਾ ਪਿੱਛਾ ਤਾਂ ਮੇਰਾ ਕੋਈ ਨਹੀਂ ਤਾਂ ਮੈਂ ਇੱਥੇ ਰੁਲ ਕੇ ਮਰ ਜਾਂ, ਕੋਈ ਸ਼ਾਇਦ ਜਾਨਵਰ ਜੰਗਲ ਵਿੱਚ ਬੈਠਿਆ ਕੋਈ ਜਾਨਵਰ ਹੀ ਖਾ ਜਾਏ ਜੰਗਲੀ, ਉਹਦੇ ਨਾਲ ਬਿਹਤਰ ਹੈ ਕਿ ਮੈਨੂੰ ਤੁਸੀਂ ਨਾਲ ਲੈ ਜਾਓ। ਹੁਣ ਉਹ ਵਜ਼ੀਰ ਅਤੇ ਬਾਦਸ਼ਾਹ ਜਿਹੜਾ ਸੀ ਨਾ ਉਸ ਲੜਕੀ ਨੂੰ ਨਾਲ ਲੈ ਕੇ ਘਰ ਚਲਾ ਗਿਆ। ਬਾਦਸ਼ਾਹ ਅਕਲਮੰਦ ਸੀ ਅਤੇ ਸਿਆਣਾ ਸੀ, ਸਮਝਦਾਰ ਸੀ। ਉਹਨੇ ਇਹ ਸੋਚਿਆ ਵੀ ਅਗਰ ਇਹਨੂੰ ਇਵੇਂ ਘਰ ਦੇ ਵਿੱਚ ਰੱਖਾਂ ਤਾਂ ਲੋਕ ਸ਼ੱਕ ਕਰੇਗਾ, ਤੁਹਾਨੂੰ ਪਤਾ ਵੀ ਸ਼ੱਕ ਤਾਂ ਐਵੇਂ ਪੈ ਜਾਂਦਾ ਦੁਨੀਆ ਨੂੰ, ਅਤੇ ਬੇਗਮਾਂ ਦੂਜੀਆਂ ਜਿਹੜੀਆਂ ਉਹ ਵੀ ਸ਼ੱਕ ਕਰਨਗੀਆਂ, ਤਾਂ ਉਹਨਾਂ ਨੂੰ ਬਿਹਤਰ ਕੇ ਇਹਦੇ ਨਾਲ ਨਿਕਾਹ ਕੀਤਾ ਜਾਏ। ਉਹਨੇ ਲੜਕੀ ਨਾਲ ਸਲਾਹ ਕੀਤੀ, ਲੜਕੀ ਰਜ਼ਾ ਮੰਦ ਹੋ ਗਈ। ਉਹਨੇ ਆਖਿਆ ਵੀ ਚਲੋ ਤੁਸੀਂ ਨਿਕਾਹ ਕਰ ਲਓ। ਜਦੋਂ ਨਿਕਾਹ ਉਹਨੇ ਕਰ ਲਿਆ, ਉਹ ਦੋ ਤਰ੍ਹਾਂ ਚਾਰ ਸਾਲ ਗੁਜ਼ਰੇ, ਦੋ ਬੇਟੇ ਹੋਏ ਬਾਦਸ਼ਾਹ ਦੇ ਉਹ ਲੜਕੀ ਦੇ ਲੜਕੀ ਵਿੱਚੋਂ। ਇੱਕ ਦਿਨ ਬੈਠੀ ਰੋਂਦੀ ਪਈ, ਉਹਨੂੰ ਪਿੱਛਾ ਯਾਦ ਆ ਗਿਆ। ਜਿਹੜੇ ਯਾਦ ਆਇਆ ਤਾਂ ਉਹਨੇ ਬਾਦਸ਼ਾਹ ਨੇ ਪੁੱਛਿਆ ਵੀ ਤੈਨੂੰ ਹੋਇਆ ਕੀ ਹੈ, ਅੱਗਾ ਪਿੱਛਾ ਹੈਗਾ ਹੀ ਤਾਂ ਦੱਸ। ਨਾ ਤੂੰ ਆਖਿਆ ਅੱਗਾ ਪਿੱਛਾ ਹੈਗਾ ਹੈ, ਮੈਨੂੰ ਦੇਸ ਨਿਕਾਲਾ ਮਿਲਿਆ ਹੈ ਜਿਸ ਵਜ੍ਹਾ ਤੋਂ ਮੈਂ ਘਰ ਜਾ ਨਹੀਂ ਸਕਦੀ। ਬਾਦਸ਼ਾਹ ਨੇ ਆਖਿਆ ਜ਼ਿੰਮੇਦਾਰੀ ਮੇਰੀ ਹੈ, ਮੈਂ ਤੈਨੂੰ ਮਿਲਾ ਕੇ ਲਿਆਉਣਾ। ਉਹਨੇ ਆਖਿਆ ਜੀ ਅੱਗੇ ਹੁਣ ਜਿਹੜਾ ਵਜ਼ੀਰ ਸੀ ਉਹਨੇ ਆਖਿਆ ਵੀ ਗੱਲ ਤਾਂ ਆਈ ਮੇਰੇ 'ਤੇ, ਇਹ ਬਾਦਸ਼ਾਹ ਮੇਰੇ ਡਕਰੇ ਕਰ ਦੇਣੇ ਨੇ ਇੱਥੇ। ਉੱਠ ਕੇ ਜਾਣ ਲੱਗਾ ਨਖੱਬਾ 'ਚ ਆਰਾਮ ਨਾਲ। ਫਿਰ ਵਜ਼ੀਰ ਬੋਲਿਆ ਕਿ ਬਜ਼ੁਰਗੋ ਇਹ ਗੱਲ ਛੱਡੋ, ਕੋਈ ਹੋਰ ਗੱਲ ਸੁਣਾਓ, ਤੁਸੀਂ ਕਿਹੜੀ ਗੱਲ ਨੂੰ ਸ਼ੁਰੂ ਹੋਗਾ ਜੇ? ਉਹ ਬਾਦਸ਼ਾਹ ਜਿਹੜਾ ਤੁਹਾਨੂੰ ਮੁੱਕ ਮੁਕਾ ਤਾਂ ਤੇਰੀ ਆਈ ਤਾਂ ਤੇਰੀ, ਖਬਰਦਾਰ ਜੇ ਬੋਲੋ ਤਾਂ। ਇਹਦਾ ਹੈ ਗੱਲ ਦਾ ਨਿਚੋੜ ਕੱਢਣਾ ਵੀ ਜਾਂਦੀ ਕਿੱਧਰ ਨੂੰ। ਲਓ ਜੀ ਉਹ ਗੱਲ ਇਹ ਬਣੀ ਦੋਸਤੋ ਬਈ, ਉਹਨੇ ਫਿਰ ਇਹ ਗੱਲ ਕੀਤੀ, ਉਹਨੇ ਕਿਹਾ ਬਈ ਮੈਂ ਜੰਗੀ ਸਮਾਨ ਦੇਣਾ। ਵਜ਼ੀਰ ਨੂੰ ਆਖਿਆ ਵਜ਼ੀਰ ਜੰਗੀ ਸਮਾਨ ਲੈ ਲਓ, ਸਾਰਾ ਕੁਝ ਲੈ ਲਓ, ਅਤੇ ਇਹ ਮੇਰੀ ਬੇਗਮ ਨੂੰ ਜਾ ਕੇ ਨਾ ਅਤੇ ਇਹਦੇ ਪੇਕਾ ਤੋਂ ਮਿਲਾ ਕੇ ਲਿਓ। ਤਿਆਰੀ ਹੋ ਗਈ, ਟੁਰ ਪਏ, ਰਾਤ ਵਿੱਚ ਰਾਤ ਪੈ ਗਈ, ਕੈਂਪ ਲੱਗ ਗਏ। ਹੁਣ ਉਹ ਜਿਹੜੀ ਬੀਬੀ ਸੀ ਉਹਦਾ ਕੈਂਪ ਲਹਿਦਾ ਸੀ,
ਪਰਦੇ ਵਿੱਚ ਸੀ। ਨਹਿਤ ਰਾਤ ਜਿਹੜਾ ਹੈਗਾ ਸੀ ਵਜ਼ੀਰ, ਉਹ ਉੱਧਰ ਨੂੰ ਆਇਆ, ਉਹਦੀ ਨਿਗ੍ਹਾ ਪੈ ਗਈ ਉਹਦੇ 'ਤੇ, ਉਹ ਬੇਈਮਾਨ ਹੋ ਗਿਆ। ਬੇਈਮਾਨ ਹੋਣ ਦੇ ਬਾਵਜੂਦ ਉਹਨੇ ਆਖਿਆ ਵੀ ਮੈਂ ਤੇਰੇ ਬੱਚੇ ਮਾਰ ਦਿਆਂਗਾ, ਨਹੀਂ ਤਾਂ ਮੇਰੀ ਗੱਲ 'ਤੇ ਅਮਲ ਕਰ। ਉਹਨਾਂ ਦੀ ਗੱਲ 'ਤੇ ਅਮਲ ਨਹੀਂ ਕੀਤਾ, ਉਹਨੇ ਆਖਿਆ ਬੱਚੇ ਮਾਰਨੇ ਤਾਂ ਬੇਸ਼ੱਕ ਮਾਰ ਦੇ, ਮੈਂ ਇੱਜ਼ਤ ਮੰਨਦਾ, ਮੈਂ ਬਗੈਰਤ ਨਹੀਂ, ਅਤੇ ਖਬਰਦਾਰ ਜੇ ਮੇਰੇ ਲਈ ਬੜੀ ਨਿਗ੍ਹਾ ਨਾਲ ਵੇਖੋ ਉਹਦੇ। ਉਹਨੇ ਸਾਰੀ ਫੌਜ ਨੂੰ ਆਖਿਆ ਖਬਰਦਾਰ ਇਹਦੇ ਕੋਲ ਮਗਰ ਜਾਏ, ਬੱਚੇ ਉਹਦੇ ਮਾਰ ਦਿੱਤੇ, ਫੌਜ ਲੈ ਕੇ ਵਾਪਸ ਚਲਾ ਗਿਆ। ਉਹ ਲੜਕੀ ਚਲਦੀ 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 ਕਿਸੇ ਹੋਰ ਦੀਆ ਪਿੰਡ ਥਾਂ 'ਚ ਚਲੀ ਗਈ। ਇੱਥੇ ਗੱਲ ਮੇਰੀ ਮੁਕੰਮਲ ਹੋਈ। ਉਹਨੇ ਆਖਿਆ ਨਹੀਂ ਬਜ਼ੁਰਗੋ, ਅੱਗੇ ਗੱਲ ਸੁਣਾਓ, ਜੋ ਕੋਈ ਸਾਡੇ ਕੋਲ ਲੈਣਾ ਜੀ ਦੱਸੋ ਵੀ ਲੜਕੀ ਦਾ ਕੋਈ ਅੱਗਾ ਪਿੱਛਾ ਦੱਸੋ ਵੀ ਹੈ ਕਿੱਥੇ। ਹੁਣ ਉਹ ਬਾਦਸ਼ਾਹ ਨੂੰ ਵੀ ਹੌਲ ਭੈਣ ਜੀ ਦੀ ਬੇਗਮ ਸੀ, ਵੀ ਮੇਰੀ ਬੇਗਮ ਤਾਂ ਇਸ ਤਰ੍ਹਾਂ ਦੀ ਹੈਗੀ ਨਹੀਂ ਸੀ। ਅਤੇ ਮੈਨੂੰ ਤਾਂ ਵਜ਼ੀਰ ਨੇ ਜਾ ਕੇ ਦੱਸਿਆ ਬਈ ਉਹ ਤਾਂ ਕੋਈ ਬਲਾਂ ਸੀ, ਜਿੰਨ ਭੂਤ ਸੀ, ਹੈਂ। ਅਤੇ ਇਹ ਗੱਲ ਬਜ਼ੁਰਗ ਜਿਹੜੀ ਸੁਣਾਉਂਦੇ ਪੈਣੇ, ਇਹ ਗੱਲ ਹੋਰ ਹੈ। ਹੁਣ ਵਿਚਲੀ ਗੱਲ ਤਾਂ ਉਹਨਾਂ ਨੂੰ ਪਤਾ ਨਹੀਂ ਵੀ ਇਹ ਔਰਤ ਤਾਂ ਉਹ ਹੀ ਹੈ ਜਿਹੜੀ ਬਜ਼ੁਰਗ ਬਣ ਕੇ ਅਤੇ ਫਕੀਰ ਬਣ ਕੇ ਬੈਠੀ, ਜਿਹੜੀ ਗੱਲ ਵੀ ਸੁਣਾਉਂਦੀ। ਲਓ ਜੀ, ਉਹਨੇ ਆਖਿਆ ਵੀ ਹੁਣ ਫਿਰ ਤੁਸੀਂ ਅਰੂ ਮਰੂ ਪੁੱਛਣਾ ਹੀ ਹੈ ਵੀ ਉਹ ਕਿੱਥੇ ਅੱਗਾ ਪਿੱਛੇ ਆਉਂਦਾ, ਕਿੱਥੇ ਗਿਆ। ਉਹਨੇ ਆਖਿਆ ਫਿਰ ਤੁਸੀਂ ਇਹ ਕਰੋ ਵੀ ਤੁਹਾਨੂੰ ਕੋਈ ਕੈਟਾ ਦੋ ਜਿਹੜੇ ਨੇ ਉਹ ਲੱਗ ਜਾਣਗੇ। ਉਹਨਾਂ ਆਖਿਆ ਕੋਈ ਡਰ ਨਹੀਂ, ਘੰਟੇ ਦੋ ਤੋਂ ਬਾਅਦ ਦੱਸ ਦਿਆ ਜੀ। ਲਓ ਜੀ, ਉਹ ਫਕੀਰ ਉੱਠਿਆ, ਉੱਠ ਕੇ ਗਿਆ, ਜਾ ਕੇ ਜਨਾਬ ਲਈ ਉਹਨੇ ਆਪਦਾ ਗੁਸਲ ਗਸਲ ਕੀਤਾ ਅਤੇ ਕੱਪੜੇ ਬਦਲੇ, ਫਕੀਰੀ ਵੇਸ ਜਿਹੜਾ ਸੀ ਲਾਇਆ, ਲਾ ਕੇ ਅਤੇ ਉਹ ਹੀ ਔਰਤ ਜਿਹੜੀ ਸੀ ਆਪਣਾ ਕੱਪੜੇ ਛੱਪੜੇ ਪਾ ਕੇ ਬਣ ਕੇ ਆ ਗਈ। ਆ ਹਰੇਕ ਉਹਦਾ ਮਾਲਕ ਸੀ, ਇੱਕ ਉਹਦਾ ਪਿਓ ਵੀ ਸੀ। ਉਹਨੇ ਹੁਕਮ ਦਿੱਤਾ, ਲਹਿਦਾ ਹੋ ਕੇ ਤੁਸੀਂ ਦੂਜੇ ਸਾਰੇ ਲਹਿਦਾ ਬਹਿਣ, ਤੁਸੀਂ ਦੋ ਬੰਦੇ ਜਿਹੜੇ ਨੇ ਬਾਦਸ਼ਾਹ ਜਿਹੜੇ ਨੇ ਇਹ ਲਹਿਦਾ ਬਹਿ ਕੇ ਅਤੇ ਮੇਰੀ ਗੱਲ ਸੁਣਨ। ਉਹ ਜੋ ਲਹਿਦਾ ਹੋ ਤਾਂ ਉਹ ਸਾਹਮਣੇ ਜ਼ਾਰਾ ਜਿਹੜੇ ਉਹਨਾਂ ਦੇ ਆਈ, ਉਹਨਾਂ ਕਿਹਾ ਦੇਖ ਲਓ ਜੀ, ਸਿਆਣ ਲਓ ਮੈਨੂੰ ਮੁਕਾਉਣਾ। ਜਿਹੜੇ ਉਹਨਾਂ ਸਿਆਣਿਆ ਤਾਂ ਉਹ ਲਈ ਉਹਨਾਂ ਦੀਆਂ ਉੱਡਰ ਗਈਆਂ। ਬਾਦਸ਼ਾਹ ਜਿਹੜੇ ਦੋਵੇਂ ਸਨ ਟਾਈਮ ਮਾਰ ਮਾਰ ਕੇ ਰੋਣ, ਪਿਓ ਵੀ ਔਰ ਪਿਓ ਜਿਹੜਾ ਦੂਸਰਾ ਉਹ ਬਾਦਸ਼ਾਹ ਉਹਦਾ ਮਾਲਕ ਸੀ ਉਹ ਵੀ। ਉਹਨੇ ਆਖਿਆ ਵੀ ਇਹ ਜਿਹੜੇ ਬੰਦੇ ਨੇ ਇਹਨੇ ਸਾਡੇ ਨਾਲ ਦਾਅ ਲਾਇਆ, ਉਸ ਮੌਲਵੀ ਦੇ ਜਨਾਬ ਵਾਲੀ ਉਹਨੇ ਉੱਥੇ ਹੀ ਡਕਰੇ ਕਰ ਦਿੱਤੇ, ਅਤੇ ਉਸ ਵਜ਼ੀਰ ਦੇ ਦੂਜੇ ਬਾਦਸ਼ਾਹ ਨੂੰ ਉੱਥੇ ਡਕਰੇ ਕਰ ਦਿੱਤੇ। ਉਹਨਾਂ ਕਹਿੰਦਾ ਇਹਨਾਂ ਨੂੰ ਵਾਪਸ ਹੀ ਨਹੀਂ ਲੈ ਜਾਣਾ। ਲਓ ਜੀ, ਉਹਨਾਂ ਦਾ ਖਾਤਮਾ ਉੱਥੇ ਹੋਇਆ। ਫਿਰ ਜਨਾਬ ਅਲੀ ਹੁਣ ਕੀ ਹੋਇਆ ਜੀ, ਉਹਨਾਂ ਆਖਿਆ ਵੀ ਹੁਣ ਇਵੇਂ ਕਰ ਵੀ ਅਸੀਂ ਇਹਨੂੰ ਕਰ ਲੈ ਜਾਂਦੇ ਹਾਂ, ਸਾਡੀ ਧੀ ਹੈ ਅਤੇ ਤੂੰ ਸਾਡੇ ਘਰੋਂ ਆ ਕੇ ਤੈਨੂੰ ਵਿਆਹ ਅਸੀਂ ਕਰਾਂਗੇ ਅਤੇ ਲੈ ਜੀ। ਲਓ ਜੀ, ਉਹ ਬਾਦਸ਼ਾਹ ਜਿਹੜਾ ਸੀ ਆਪਦੇ ਘਰ ਲੈ ਗਿਆ, ਜਿਹੜਾ ਉਹਦਾ ਪਿਓ ਸੀ, ਉਹਦੇ ਕੋਲ ਮਾਫ਼ੀ ਮੰਗੀ ਵੀ ਸਾਡੇ ਕੋਲੋਂ ਗਲਤੀ ਹੋਈ ਹੈ ਅਤੇ ਅਸੀਂ ਜਿਹੜਾ ਇਹ ਤੈਨੂੰ ਮੌਲਵੀ ਦੇ ਅੱਖ ਲੱਗ ਤੇ ਦੇਸ਼ ਨਿਕਾਲਾ ਦੇ ਬੈਠੇ ਹਾਂ। ਪਰ ਹੁਕਮ ਤਾਂ ਇਹ ਸੀ ਵੀ ਇਹਨੇ ਡੱਕਰੇ ਕਰ ਦਿਓ, ਲੇਕਿਨ ਮੁੰਡੇ ਦੇ ਸ਼ਾਵਾ 'ਚ ਜਿਹੜਾ ਭਰਾ ਜਿਹੜਾ ਛੱਡ ਗਿਆ, ਅਤੇ ਅਸੀਂ ਇਸ ਚੀਜ਼ ਦੀ ਤੇਰੇ ਕੋਲੋਂ ਮਾਫ਼ੀ ਮੰਗਣਾ ਆ। ਉਹਦੇ ਕੋਲ ਮਾਫ਼ੀ ਮੰਗੀ, ਉਹਨੇ ਮਾਫ਼ੀ ਦੇ ਦਿੱਤੀ। ਵੇਖੋ ਹੁਣ ਜਿਹੜਾ ਮਾਫ਼ੀ ਮੰਗਦਾ ਤਾਂ ਮਾਫ਼ੀ ਦੇ ਵੀ ਦਿੰਦੇ ਨੇ ਅਗਲੇ, ਅਤੇ ਮਾਫ਼ੀ ਦੇ ਦਿੱਤੀ। ਫਿਰ ਉਹ ਬਾਦਸ਼ਾਹ ਜਿਹੜਾ ਸੀ ਦੂਸਰਾ, ਉਹਦਾ ਮਾਲਕ ਜਿਹਨੇ ਨਿਕਾਹ ਕੀਤਾ ਸੀ, ਲਓ ਜੀ ਉਹ ਉੱਥੋਂ ਆਪਦੀ ਤਿਆਰੀ ਕਰਕੇ ਆਇਆ ਅਤੇ ਆਣ ਕੇ ਅਤੇ ਉਹਨੂੰ ਵਿਦਾ ਕਰਕੇ ਘਰ ਲੈ ਗਿਆ ਅਤੇ ਘਰ ਲਿਜਾ ਕੇ ਉਹਨੇ ਵੀ ਉਹਦੇ ਕੋਲ ਮਾਫ਼ੀ ਮੰਗੀ ਵੀ ਮੈਂ ਗਲਤੀ ਕੀਤੀ ਸੀ, ਜਿਹੜਾ ਵਜ਼ੀਰ ਨੂੰ ਤੇਰੇ ਨਾਲ ਭੇਜਿਆ ਵੀ ਜਾ ਉਹਨੂੰ ਮਿਲਾ ਲਿਆ, ਨਹੀਂ ਤਾਂ ਮੈਂ ਆਪ ਜਾਂਦਾ। ਲਓ ਜੀ, ਰਾਜੀ ਬਾਜੀ ਆਦੀ ਵਸਲਾਮ ਭੈਣ। ਇਹ ਦੋਸਤੋ ਗੱਲ ਸੁਣਾਈ ਹੈ ਸੱਜਣਾ ਨੂੰ, ਇਹ ਜੱਗ ਵਾਪਰੀ ਗੱਲ ਹੈ ਬਾਦਸ਼ਾਹ ਦੀ,
ਅਤੇ ਬੜੀ ਮੇਨ ਦੇ ਕੇ ਦੋਸਤਾਂ ਦੇ ਪਸੰਦ ਆਵੇਗੀ। ਅਤੇ ਹੁਣ ਤੁਸੀਂ ਕੱਲ੍ਹ ਤੱਕ ਫਿਰ ਸ਼ਰਾਫਤ ਅਲੀ ਰਹਿਮਾਨੀ ਨੂੰ ਇਜਾਜ਼ਤ ਦਿਓ। ਅਸਲਾਮ ਵਾਲੇਕੁਮ ਪਾਕਿਸਤਾਨ, ਜ਼ਿੰਦਾਬਾਦ।